ਤੇ ਜਸ ਟੀਵੀ ਦੇਖ ਰਹੇ ਹੋ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਟੂ ਦਾ ਪੁਆਇੰਟ ਵਿੱਚ ਅੱਜ ਮੁੱਦਾ ਹੋਵੇਗਾ ਨਸ਼ੇ ਦਾ। ਇਹ ਨਸ਼ਾ ਜਿਹੜਾ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਤੇ ਇਸ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਸਾਰੀਆਂ ਸਰਕਾਰਾਂ, ਸਾਰੀ ਸਿਆਸਤ ਦਾਅਵੇ ਕਰਦੀ ਹੈ। ਜੋ ਚੋਣਾਂ ਹੁੰਦੀਆਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ, ਇਹ ਸਭ ਦੇ ਵਿਚਾਲੇ ਖਸਖਸ ਦੀ ਖੇਤੀ ਦਾ ਜ਼ਿਕਰ ਹੁੰਦਾ, ਅਫੀਮ ਦੀ ਖੇਤੀ ਦਾ ਜ਼ਿਕਰ ਹੁੰਦਾ ਕਿ ਕੁਦਰਤੀ ਨਸ਼ੇ ਕਰਾਓ ਅਤੇ ਜਿਹੜੇ ਸਿੰਥੈਟਿਕ ਨਸ਼ੇ ਹੈਗੇ ਆ ਉਹਨਾਂ ਤੋਂ ਨੌਜਵਾਨਾਂ ਨੂੰ ਛੁਡਾਓ। ਇਹ ਸਭ ਦੇ ਵਿਚਾਲੇ ਡਾਕਟਰ ਧਰਮਵੀਰ ਗਾਂਧੀ ਨੇ ਇੱਕ ਵਾਰ ਫਿਰ ਇਹ ਮੰਗ ਚੁੱਕੀ ਹੈ, ਇਸ ਮੰਗ ਦੇ ਵਿਚਾਲੇ ਸਿਆਸਤ ਪੱਕੀ ਹੈ। ਸਾਡਾ ਇੱਕੋ ਸਵਾਲ ਹੋਵੇਗਾ, ਨਸ਼ੇ ਦੀ ਘਾਟ ਕਿਹੜਾ ਨਸ਼ਾ? ਧਰਤੀ 'ਤੇ ਅਫੀਮ ਦੀ ਖੇਤੀ ਹਜ਼ਾਰਾਂ ਸਾਲ ਪੁਰਾਣੀ ਹੈ ਅਤੇ ਇਸ ਪੁਰਾਣੀ ਖੇਤੀ 'ਤੇ ਸਿਆਸਤ ਵੀ ਬੜੀ ਪੁਰਾਣੀ ਹੈ ਅਤੇ ਇਸ ਸਿਆਸਤ ਦੇ ਵਿਚਾਲੇ ਅੱਜ ਬਹਿਸ ਕਿਉਂ ਕਰ ਰਹੇ ਹਾਂ ਤੁਹਾਨੂੰ ਬਿੰਦੂ ਦੱਸ ਦਈਏ। ਪਹਿਲਾਂ ਕੁਦਰਤੀ ਨਸ਼ਿਆਂ ਦੀ ਖੇਤੀ 'ਤੇ ਪੰਜਾਬ ਦੀ ਸਿਆਸਤ ਮੁੜ ਪੱਕੀ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਡਾਕਟਰ ਧਰਮਵੀਰ ਗਾਂਧੀ ਦੀ ਹਮਾਇਤ ਕੀਤੀ ਹੈ। ਡਾਕਟਰ ਗਾਂਧੀ ਦੇ ਕੁਦਰਤੀ ਨਸ਼ਿਆਂ ਦੀ ਖੇਤੀ ਦੀ ਮੁਹਿੰਮ ਦਾ ਸਮਰਥਨ ਕੀਤਾ ਗਿਆ। ਛਪਾਰ ਮੇਲੇ ਦੌਰਾਨ ਡਾਕਟਰ ਗਾਂਧੀ ਨੇ ਸੰਕੇਤਕ ਖਸਖਸ ਦੇ ਬੀਜ ਖੇਤਾਂ 'ਚ ਸੁੱਟੇ ਸਨ। ਡਾਕਟਰ ਧਰਮਵੀਰ ਗਾਂਧੀ ਖਿਲਾਫ਼ ਕਾਰਵਾਈ ਕਰਨ 'ਚ ਜੁਟੀ ਹੈ ਪੰਜਾਬ ਪੁਲਿਸ। ਪੁਲਿਸ ਨੇ ਡਾਕਟਰ ਗਾਂਧੀ ਅਤੇ ਉਹਨਾਂ ਦੇ ਸਮਰਥਕਾਂ ਖਿਲਾਫ਼ DDA ਦਰਜ ਕਰ ਲਿਆ। ਦੇਸ਼ ਭਰ ਵਿੱਚ ਇੱਕੋ ਜਿਹੀ ਹੋਵੇ ਡਰੱਗ ਪਾਲਿਸੀ, ਇਹ ਸਭ ਦੇ ਵਿਚਾਲੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੁੰਦਾ। ਸਿਆਸਤ ਕਹਿੰਦੀ ਕੀ ਹੈ ਪਹਿਲਾਂ ਸੁਣ ਲਈ। ਪੰਜਾਬ ਵਿੱਚ ਸੀਮਿਤ ਮਾਤਰਾ ਜਿਵੇਂ ਰਾਜਸਥਾਨ 'ਚ ਜੇ ਪਟੇ ਦੇ ਕੇ ਖੇਤੀ ਮਤਲਬ ਖੇਤੀ ਕਰਨ ਦੇ, ਉਹ ਪੰਜਾਬ 'ਚ ਵੀ ਰਾਜਸਥਾਨ ਮੱਧ ਪ੍ਰਦੇਸ਼ ਦੀ ਤਰਜ਼ 'ਤੇ ਇੱਥੇ ਵੀ ਲਾਗੂ ਕਰੇ, ਔਰ ਕੇਂਦਰ ਸਰਕਾਰ ਕੋਲ ਕੇਸ ਲੈ ਕੇ ਜਾਵੇ, ਉੱਥੋਂ ਇਜਾਜ਼ਤ ਲਵੇ, ਔਰ ਜਿਹੜਾ ਕੇਂਦਰ ਨੇ ਆਪਣੇ ਹੱਥ 'ਚ ਰੱਖੀ ਹੋਈ ਫੀਮ ਭੁੱਕੀ ਉਹ ਪੰਜਾਬ ਸਰਕਾਰ ਆਪਣੇ ਹੱਥ 'ਚ ਲਵੇ, ਅਤੇ ਉਹ ਪੰਜਾਬ ਦੇ ਰਾਜ ਦਾ ਹੱਕ ਹੈਗਾ ਖੇਤੀਬਾੜੀ। ਸਟੇਟ ਵਿੱਚ ਸਟੇਟ ਸਬਜੈਕਟ ਹੈ ਖੇਤੀਬਾੜੀ। ਸਿਰਫ ਫੀਮ ਅਤੇ ਭੁੱਕੀ, ਇੱਕ ਜਿਹੜੀ ਭੁੱਕੀ ਦੀ ਖੇਤੀ ਹੈ ਜਾਂ ਪੋਸ ਦੀ ਖੇਤੀ ਉਹ ਕੇਂਦਰ ਨੇ ਆਪਣੇ ਹੱਥ 'ਚ ਰੱਖੀ ਹੋਈ ਹੈ। ਇਹ ਪੰਜਾਬ ਦੇ ਹੱਕਾਂ 'ਤੇ ਛਾਪਾ ਵੀ ਹੈਗਾ ਔਰ ਪੰਜਾਬ ਸਰਕਾਰ ਨੂੰ ਇਸ 'ਤੇ ਸਟੈਂਡ ਵੀ ਲੈਣਾ ਚਾਹੀਦਾ ਹੈ। ਬਹੁਤ ਸਿਆਣੀ ਗੱਲ ਕਰ ਰਹੇ ਆ ਧਰਮਵੀਰ ਗਾਂਧੀ ਜੀ, ਬਹੁਤ ਸਿਆਣੀ ਗੱਲ ਕਰ ਰਹੇ। ਮੈਂ ਪਿੰਡਾਂ ਦੇ ਵਿੱਚ ਉਸ ਸਮੇਂ ਦੇ ਵਿੱਚ ਗਵਾਹ ਵੀ ਮੇਰਾ ਤਾਇਆ ਜਾ ਕੇ ਹਸਪਤਾਲ ਤੋਂ ਪਰਚੀ ਲੈ ਕੇ ਫੀਮ ਦੀ ਉਹ ਲੈ ਕੇ ਆਉਂਦਾ ਹੁੰਦਾ ਸੀਗਾ, ਔਰ ਲੰਮੀ ਉਮਰ ਜੀਏ ਇੱਕ ਤਰ੍ਹਾਂ ਦੀ ਦਵਾਈ ਦੇ ਰੂਪ ਦੇ ਵਿੱਚ ਉਹਨੂੰ ਯੂਜ਼ ਕਰਦੇ ਸੀਗੇ। ਲੇਕਿਨ ਜਿਹੜਾ ਇਹ ਮਜੀਠੀਏ ਨੇ ਚਿੱਟਾ ਲਿਆਂਦਾ, ਇਹ ਮਤਲਬ ਸਾਲ ਸਾਲ ਦੇ ਵਿੱਚ ਇਹ ਮਾਵਾਂ ਅੱਜ ਆਪਣੇ ਘਨੇੜਿਆਂ ਦੇ ਉੱਤੇ ਪੁੱਤਾਂ ਦੇ ਵਿਛੋੜਿਆਂ ਦਾ ਬੋਝ ਚੱਕ ਰਹੀਆਂ ਨੇ। ਦੇਖੋ ਗੱਲ ਇਹ ਆ ਵੀ ਇਹ ਤਾਂ ਇੱਕ ਜੋ ਪੰਜਾਬ ਦੀ ਧਰਤੀ 'ਤੇ ਨਸ਼ਿਆਂ ਦੀ ਪ੍ਰੋਡਕਸ਼ਨ ਕਿਸੇ ਵੀ ਕੀਮਤ 'ਤੇ ਨਹੀਂ ਹੋ ਸਕਦੀ, ਨਾ ਇਹਨੂੰ ਕੋਈ ਪੰਜਾਬੀ ਬਰਦਾਸ਼ਤ ਕਰ ਸਕਦਾ, ਕਿਉਂਕਿ ਭਾਵੇਂ ਸਾਰੇ ਹਿੰਦੁਸਤਾਨ 'ਚ ਹੀ ਸਮਾਜ 'ਚ ਹੀ ਅਸੀਂ ਨਸ਼ਿਆਂ ਨੂੰ ਮਾੜੇ ਸਮਝਦੇ ਹਾਂ, ਪਰ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ, ਇੱਥੇ ਦਾ ਗੁਰੂ ਸਾਹਿਬ ਦੇ ਘੋੜੇ ਨੇ ਤੰਬਾਕੂ ਦੇ ਖੇਤ ਵਿੱਚ ਪੈਰ ਧਰਨ ਤੋਂ ਮਨਾ ਕਰਤਾ ਸੀ, ਅਤੇ ਇਸ ਧਰਤੀ 'ਤੇ ਫੀਮ ਦੀ ਖੇਤੀ ਜਿਹੜੀ ਆ ਉਹ ਕਿਸੇ ਤਰ੍ਹਾਂ ਵੀ ਮਲ ਜਾਇਜ਼ ਨਹੀਂ ਹੋਏਗੀ। ਕਿਸਾਨੀ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ, ਕਿਸਾਨੀ ਲਈ ਜਿਹੜੀ ਪੈਦਾਵਾਰ ਆ ਕਿਸਾਨੀ ਦੀ ਉਹਨੂੰ ਲਾਭਦਾਇਕ ਬਣਾਉਣ ਲਈ, ਜਿੱਦਾਂ ਮਤਲਬ ਜਿਹੜੇ ਡੋਡੇ ਦੀ ਜਾਂ ਅਫੀਮ ਦੀ ਖੇਤੀ ਹੁੰਦੀ ਸੀਗੀ, ਉਸ ਤੋਂ ਉਹਨਾਂ ਦਾ ਕਹਿਣਾ ਵਾ ਕਿ ਇਹਦੇ ਨਾਲ ਪੰਜਾਬ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀਆਂ ਚੁਣੌਤੀਆਂ ਨਹੀਂ ਸੀ ਜਿਹੜੀਆਂ ਆ ਨਵੇਂ ਸਿੰਥੈਟਿਕ ਨਸ਼ੇ, ਡੇਂਜਰਸ ਚਿੱਟਾ ਟੀਕੇ, ਹੀਰੋਇਨ ਪਾਊਡਰ ਇਸ ਨੇ ਪਾਇਆ ਵਾ। ਹਾਲਾਂਕਿ ਮੈਂ ਉਹਨਾਂ ਨਾਲ ਕਾਫੀ ਹੱਦ ਤੱਕ ਸਹਿਮਤ ਹਾਂ, ਪਰ ਆਈ ਰੀਅਲੀ ਡੋਂਟ ਨੋ ਕਿ ਕੀ ਇਸ ਨੂੰ ਸਟੇਟ ਅਡੋਪਟ ਕਰਕੇ ਇਹਨੂੰ ਲੈਜੀਟਮਾਈਜ਼ ਕਰ ਸਕਦੀ ਆ। ਇਹ ਸਾਰੀਆਂ ਗੱਲਾਂ ਅਸੀਂ ਆਪਣੀ ਪਾਰਟੀ ਵਿੱਚ ਰੱਖਾਂਗੇ, ਪਰੰਤੂ ਇੱਕ ਗੱਲ ਮੈਂ ਕਹਿ ਸਕਦਾ ਕਿ ਡਾਕਟਰ ਗਾਂਧੀ ਦੀ ਜਿਹੜੀ ਉਹਨਾਂ ਦੀ ਇੰਟੈਂਸ਼ਨਸ ਆ ਉਹ ਪੰਜਾਬ ਦੇ ਪ੍ਰਤੀ ਬਹੁਤ ਕੈਟੇਗੋਰੀਕਲ ਕਲੀਅਰ ਨੇ। ਉਹ ਜੁਝਾਰੂ ਆਦਮੀ ਆ, ਲੜਨ ਪਿੰਡਣ ਵਾਲੇ ਆ, ਸੱਚ ਬੋਲਣ ਵਾਲੇ। ਵੀ ਹੈਵ ਬੀਨ ਕਲੈਮਰਿੰਗ ਫੋਰ ਦਿਸ ਫੋਰ ਦ ਲਾਸਟ ਐਵਰ ਸਿੰਸ ਮਾਈ ਲਾਸਟ ਗਵਰਨਮੈਂਟ ਫਰੋਮ 2002 to 2007। ਆਈ ਟੁੱਕ ਦਿਸ ਮੈਟਰ ਅਪ ਵਿਦ ਦ ਪ੍ਰਾਈਮ ਮਿਨਿਸਟਰ, ਆਈ ਰੇਜ਼ਡ ਇਟ ਇਨ ਦੀ ਚੀਫ ਮਿਨਿਸਟਰਸ ਕਾਨਫਰੰਸ, ਸੇਇੰਗ ਦੈਟ ਇੰਡੀਆ ਹੈਜ਼ ਟੂ ਹੈਵ ਅ ਡਰੱਗ ਪਾਲਿਸੀ। You cannot have drugs being produced in Madhya Pradesh and grown and then sold there, then is sold to Rajasthan and Rajasthan also grows it, adds to it, and Punjab becomes the market. So unless you have a strict drug policy to ban all these drugs in this country and let whatever is required for the pharmaceutical industry, government can have a policy on that, but letting it being grown by the states, we know how it leaks out of states. ਇਸ ਬਹਿਸ ਦੇ ਵਿੱਚ ਸਵਾਲ ਇੱਕੋ ਹੀ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ
कि कुदरती नशे की खेती ना बचेगी पंजाब की जवानी ते किसानी। इस तर्क नाल कौन कौन इतफाक रखता, कौन कौन नहीं रखता, पूरा पैनल साडे नाल मौजूद है, उन्हां दा तारफ करा रहे हैं। डॉक्टर प्याला कर्क ये सेहत महकमे विच रहे ने, बड़ा लंबा अरसा उन्होंने काम किया है, उन्होंने समझ है की है कि सेहत साडी की लाओ करती है। डॉक्टर प्याला कर्क तुहाडा बहुत स्वागत करते हैं। डॉक्टर गुरप्रीत संधू कांग्रेस तो ने, संधू साहब तुहाडा बहुत स्वागत है। इन्हों भी पता सेहत की लाओ करती है, सियासत की लाओ करती है। संधू साहब तुहाडा बहुत स्वागत है। थैंक यू जी। प्रोफेसर रौनकी राम ये पंजाब मंच की नुमाइंदगी करते हैं, जो डॉक्टर धर्मवीर गांधी हरां दे नाल जुड़े हुए हैं। इन्हों समझ की कोशिश करा, पंजाब मंच ने यह आवाज़ क्यों चुकी। रौनकी राम जी बहुत स्वागत तुहाडा। अमरजीत सिंह धारनी श्रोमणी अकाली दल के नुमाइंदे है, तो नाले वकील भी है, इन्होंने समझने की कोशिश करा। साढ़े को तकरीबन हर पक्ष हैगा जिन्हों असी गल करनी है। धारनी साहब तुहाडा बहुत स्वागत है। सब तो पहला सवाल धारनी साहब तुहानू करना चाहूँगा। धारनी साहब, हाँ जी, अकाली दल डॉक्टर धर्मवीर गांधी के इस बयान किस तरीके देखता है? देखो असी तो बिल्कुल स्पष्ट है, साडा स्टैंड है कि पंजाब है जिहड़ा गुरुआं पीरां दी धरती है, और इस दे विच मैं जे साडे गुरुआं दी गल करिए तां गुरु नानक देव जी नूं इक वारी पुछया कि बाबा जी कोई नशा कर सकदे आ, उह कहिंदे सिर्फ रोटी दा भाई। सो इस तरह दे देश दे विच नशे की गल, गुरुआं दी धरती तुसीं नशा वेचण लाता सारिआं नूं? नहीं, इह तां गुरुआं दी धरती ते पंजाब दी जवानी है जिहड़ी, उस नूं तुसीं थल्ले लाता गुरुआं दी धरती ते, हुण तुसीं गुरुआं दा हवाला दे के बयानबाजी कर रहे हो। देखो के पी जी, इह तुहाडा वर्षन है, मेरा वर्षन नहीं हैगा, मेरा वर्षन नहीं हैगा। सरकारां नाकाम होईआं, देखो सरकारां नाकाम होईआं, देखो सरकारां नाकाम होईआं, तां इहदा मतलब मैं कहना ਵੀ ਇਸ ਚੀਜ਼ ਨੂੰ ਤੁਹਾਡੇ ਐਲੀਗੇਸ਼ਨ ਹੈ, ਪ੍ਰੂਫ ਕਿਤੇ ਨਹੀਂ। ਮੇਰਾ ਐਲੀਗੇਸ਼ਨ ਨਹੀਂ ਹੈਗਾ, ਬਿਲਕੁਲ ਐਲੀਗੇਸ਼ਨ ਹੈ। ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿ ਰਿਹਾ, ਨਵਜੋਤ ਸਿੰਘ ਸਿੱਧੂ ਦੇ ਕਹਿਣ ਦੀ ਕੀ ਗੱਲ ਹੈਗੀ ਆ? ਨਵਜੋਤ ਸਿੰਘ ਸਿੱਧੂ ਗੱਲ ਕਰ ਰਹੇ ਆ ਵੀ ਮੇਰਾ ਤਾਇਆ ਭੀਮ ਖਾਂਦਾ ਹੁੰਦਾ ਸੀ। ਤੁਸੀਂ ਮੈਨੂੰ, ਮੈਂ ਇੱਕ ਕੁਐਸਚਨ ਕਰਦਾ ਸਾਰੇ ਪੈਨਲਿਸਟ ਨੂੰ ਕਿ ਕਦੇ ਕਿਸੇ ਨੇ ਭੀਮ ਖਾਣ ਵਾਲੇ ਨੇ ਭੀਮ ਛੱਡੀ ਆ? 80 ਸਾਲ ਦੀ ਉਮਰ ਦੇ ਵਿੱਚ ਵੀ ਉਹ ਬੰਦਾ ਭੀਮ ਖਾ ਰਿਹਾ। ਅਕਾਲੀ ਦਲ ਦਾ ਸਟੈਂਡ ਕੀ ਹੈ? ਮੈਨੂੰ ਅਕਾਲੀ ਦਲ ਦਾ ਸਟੈਂਡ ਦੱਸੋ। ਅਕਾਲੀ ਦਲ ਦਾ ਸਟੈਂਡ ਇਹ ਹੈ ਕਿ ਅਸੀਂ ਨਸ਼ਾ ਦੀ ਖੇਤੀ ਦੇ ਬਿਲਕੁਲ ਖਿਲਾਫ। ਸੁਦੇਸ਼ ਸਿੰਘ ਢੀਂਡਸਾ ਦੇ ਵੀ ਖਿਲਾਫ? ਬਿਲਕੁਲ। ਦੇਖੋ ਉਹਨਾਂ ਦਾ ਪਰਸਨਲ ਬਿਆਨ ਹੋ ਸਕਦਾ, ਪਰਸਨਲ ਬਿਆਨ ਸੁਦੇਸ਼ ਸਿੰਘ ਢੀਂਡਸਾ ਦਾ, ਇੰਡੀਵਿਜੂਅਲ ਬਿਆਨ ਜੀ ਤੋਂ ਗੁਲਸ਼ਨ ਨੇ ਪਹਿਲਾਂ ਬਿਆਨ ਦਿੱਤਾ ਸੀ, ਉਹ ਵੀ ਪਰਸਨਲ ਬਿਆਨ ਸੀ। ਦੇਖੋ ਇਹ ਕਿਸੇ, ਇਸ ਤੋਂ ਪਹਿਲਾਂ ਤੁਹਾਡੇ ਹੋਰ ਐਮਪੀ ਬਿਆਨ ਦੇ ਚੁੱਕੇ, ਉਹ ਪਰਸਨਲ ਬਿਆਨ ਹੈ ਸਾਰੇ। ਦੇਖੋ ਦੇਖੋ ਇੰਡੀਵਿਜੂਅਲ ਬਿਆਨ ਹੁਣ ਜਿਹੜੇ ਉਸ ਦੀ ਤੁਸੀਂ ਜਿਹੜੀ ਹੈਗੀ ਆ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਹਦੀ ਗੱਲ ਨਹੀਂ ਕਰ ਸਕਦੇ ਕੋਈ ਬੰਦਾ। ਕਿਤੇ ਪਾਰਟੀ ਕਹਿੰਦੀ ਕਿਉਂ ਨਹੀਂ? ਪਾਰਟੀ ਕਿਉਂ ਕਵੇ ਹਮੇਸ਼ਾ ਅਸੀਂ ਇਹਨਾਂ ਬਿਆਨਾਂ ਤੋਂ ਵੱਖ ਹੁੰਨੇ ਆ, ਪਾਰਟੀ ਕਹਿੰਦੀ ਕਿਉਂ ਨਹੀਂ? ਦੇਖੋ ਤੁਹਾਡੇ ਸਾਹਮਣੇ ਪ੍ਰੇਮ ਸਿੰਘ ਚੰਦੂ ਮਾਜਰਾ ਬੋਲ ਰਹੇ ਸੀ, ਔਰ ਉਹਨਾਂ ਨੇ ਇਹ ਗੱਲ ਬਿਲਕੁਲ ਕਲੀਅਰਲੀ ਕਹੀ ਆ ਕਿ ਅਸੀਂ ਇਸ ਗੱਲ ਦੀ ਕਾਂਗਰਸ ਦੀ ਸਰਕਾਰ ਆਈ ਨੂੰ ਇੱਕ ਮਹੀਨਾ, ਇੱਕ ਸਾਲ 7 ਮਹੀਨੇ ਹੋ ਚੱਲੇ, ਜਿਹੜੇ ਜਿਹੜੇ ਨੂੰ ਇਹ ਸਮਝਦੇ ਆ ਕਿ ਇਹਨਾਂ ਨੇ ਨਸ਼ੇ ਤੇ ਲਾਇਆ, ਫੜ ਫੜ ਅੰਦਰ ਦੇ ਦੇਣ, ਹੁਣ ਤੱਕ ਕਿਉਂ ਨਹੀਂ ਬੜਿਆ? ਤੁਸੀਂ ਕੁਝ ਕੀਤਾ ਨਾ ਇਹ ਕੁਝ ਕਰ ਸਕਣਗੇ? ਦੇਖੋ ਡਾਕਟਰ ਗਾਂਧੀ ਦੇ ਰਾਹ ਤੇ ਤੁਰਨਾ ਪਊਗਾ ਪੰਜਾਬ ਨੂੰ? ਨਹੀਂ ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ। ਦੇਖੋ ਕੇ ਪੀ ਜੀ, ਇਹ ਦੋ ਗੱਲਾਂ, ਇੱਕ ਤਾਂ ਹੈਗੀ ਆ ਐਲੀਗੇਸ਼ਨ ਲਾਉਣ ਵਾਲੀ, ਦੂਜੀ ਗੱਲ ਹੈਗੀ ਆ ਜੇ ਆਪਾਂ ਇਹਨੂੰ ਦਲੀਲ ਦੇ ਨਾਲ ਗੱਲ ਕਰੀਏ। ਚਲੋ ਮੈਂ ਦਲੀਲ ਤੇ ਆ ਜਾਣਾ। ਹਾਂਜੀ, ਦਲੀਲ ਤੇ ਆ ਜਾਣਾ। ਡਾਕਟਰ ਗਾਂਧੀ ਦਲੀਲ ਗਲਤ ਹੈ? ਗਲਤ ਹੈ, ਬਿਲਕੁਲ ਗਲਤ ਗਲਤ ਹੈ। ਹਾਂ ਚਲੋ ਠੀਕ, ਮੈਂ ਮੈਂ ਹੁਣ ਇਹਦਾ ਜਵਾਬ ਲੈ ਲਓ, ਦਿਓ ਫਟਾਫਟ। ਦੇਖੋ ਜਿਹੜਾ ਲਾਭ ਮੇਕਰ ਹੁੰਦਾ ਹੈ ਨਾ, ਉਹ ਲਾਭ ਬ੍ਰੇਕਰ ਨਹੀਂ ਹੁੰਦਾ ਹੈਗਾ, ਉਸ ਦਾ ਉਸ ਥਾਂ ਦੇ ਉੱਤੇ ਜਾ ਕੇ ਜ਼ਮੀਨ ਬੁਹਾ ਕੇ ਉਹਦੇ ਵਿੱਚ ਜਿਹੜਾ ਹੈਗਾ ਛਿੱਟਾ ਦੇ ਦੇਣਾ, ਠੀਕ ਹੈ, ਨਹੀਂ ਨਾਲ ਬੰਦਿਆਂ ਨੂੰ ਵੀ ਲਾਉਣਾ, ਟਰੈਕਟਰ ਚੱਲਦਾ ਦਿਖਾ ਕੇ। ਇਹਦਾ ਮਤਲਬ ਤੁਸੀਂ ਅਗੇਂਸਟ ਦਾ ਗਵਰਨਮੈਂਟ, ਅਗੇਂਸਟ ਦਾ ਸਟੇਟ, ਅਗੇਂਸਟ ਦਾ ਮਤਲਬ ਕੰਟਰੀ, ਤੁਸੀਂ ਇੱਕ ਚੀਜ਼ ਉਹ ਕਰ ਰਹੇ ਹੈ ਕਿ ਜਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਅਸੀਂ ਕਰ ਰਹੇ ਹਾਂ। ਔਰ ਤੁਸੀਂ ਉੱਤੇ ਦੇਖੋ, ਸਿਆਣਪ ਇਹ ਹੈਗੀ ਹੈ ਕਿ ਉਹ ਪੁਲਿਸ ਵਾਲਾ ਐਸ ਐਚ ਓ ਜਾਂ ਤਾਂ ਉਹ ਸਿਆਣਾ ਪੜ੍ਹਿਆ ਲਿਖਿਆ ਸੀ, ਉਸਨੇ ਜਾ ਕੇ ਜਦੇ ਜਿਹੜੀ ਹੈਗੀ ਸੀ DDR ਦੇ ਵਿੱਚ ਰੱਖ ਪਾਤੀ। ਮੈਨੂੰ ਫਿਰ ਕਹਿਣਾ ਪਊਗਾ, ਤੁਸੀਂ ਲਾਭ ਮੇਕਰ ਲਾਭ ਬ੍ਰੇਕਰ ਦੀ ਗੱਲ ਕੀਤੀ ਹੈ, ਤੁਸੀਂ ਖੜ ਕੇ ਰੈਲੀਆਂ ਦੇ ਵਿੱਚ ਕਹਿੰਦੇ ਆ ਇਸ SSP ਨੂੰ ਅਸੀਂ ਪੁੱਛਾਂਗੇ ਕੀ ਕਰੂਗਾ। ਨਹੀਂ ਦੇਖੋ, ਠੀਕ ਹੈ, ਉਹ ਲਾ ਕੰਟਰੋਲ ਕਰਨ ਵਾਲੇ ਆ, ਤੁਸੀਂ ਉਹਨਾਂ ਨੂੰ ਸਵਾਲ ਕਰਦੇ ਹੋ, ਤੁਸੀਂ ਰੈਲੀ, ਮੈਂ ਤੁਹਾਨੂੰ ਗਨਾਹ ਦਿੰਦਾ ਹੈ ਧਾਰਨੀ ਸਾਹਿਬ, ਜੇ ਤੁਸੀਂ ਗੱਲ ਕਰ ਰਹੇ ਹੋ ਦਲੀਲ ਦੀ ਗੱਲ ਕਰਦੇ ਹੋ, ਰੈਲੀ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਸਾਡੇ ਵੇਲੇ ਤਾਂ ਜੀ ਮੋਟਰਸਾਈਕਲ ਤੇ ਮੁੰਡੇ ਜਾਂਦੇ ਹੁੰਦੇ ਸੀਗੇ, ਹੁਣ ਕੀ ਹੋ ਗਿਆ? ਦੇਖੋ KP ਜੀ, ਜਿਹੜੀਆਂ ਤੁਸੀਂ ਲਾ ਮੇਕਰ ਚ ਨਹੀਂ ਹੁੰਦੇਗੇ, ਮੈਂ ਤੁਹਾਨੂੰ ਇਹ ਦੱਸਦਾ ਲਾ ਮੇਕਰ ਕੌਣ ਹੈ। ਲਾ ਮੇਕਰ ਹੈਗਾ ਗਾਂਧੀ,
ਧਰਮਵੀਰ ਗਾਂਧੀ, ਨਾ ਕਿ ਲਾ ਮੇਕਰ ਇੱਕ ਪਿੰਡ ਦੇ ਸਟੂਡੈਂਟ ਕਾਲਜ ਦੇ ਵਿੱਚ ਜਾਣ ਵਾਲੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ। ਚਲੋ ਇੱਕ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਡਾਕਟਰ ਗਾਂਧੀ ਨੇ ਜਿਹੜੀ ਗੱਲ ਕਹੀ ਹੈ ਉਸ ਤੇ ਅਕਾਲੀ ਦਲ ਦੀ ਮੁਖਾਲਫਤ ਕਰਦਾ, ਜਿਹੜੇ ਕਿ ਬਿਆਨ ਅਕਾਲੀ ਦਲ ਵੱਲੋਂ ਪਹਿਲਾਂ ਆਏ ਸੀਗੇ ਉਹਨਾਂ ਬਿਆਨਾਂ ਤੋਂ ਅਕਾਲੀ ਦਲ ਨੇ ਪੱਲਾ ਝਾੜਿਆ। ਅਕਾਲੀ ਦਲ ਕਹਿੰਦਾ ਉਹਨਾਂ ਦਾ ਨਿੱਜੀ ਬਿਆਨ ਹੋ ਸਕਦੇ ਆ, ਅਕਾਲੀ ਦਲ ਕਿਸੇ ਵੀ ਤਰ੍ਹਾਂ ਦੀ ਨਸ਼ੇ ਨੂੰ ਉਤਸ਼ਾਹਿਤ ਨਹੀਂ ਕਰ ਸਕਦਾ, ਪਰ ਉਹਨਾਂ ਦੀ ਸਰਕਾਰ ਵੇਲੇ ਜਿਹੜੇ ਨਸ਼ੇ ਵਿਕਦੇ ਰਹੇ ਉਸ 'ਤੇ ਕੋਈ ਜਵਾਬ ਨਹੀਂ ਮਿਲ ਰਿਹਾ। ਬ੍ਰੇਕ ਤੋਂ ਵਾਪਸ ਆਵਾਂਗੇ, ਬਾਕੀ ਪੈਨਲਿਸਟ ਵੀ ਸਾਡੇ ਨਾਲ ਹੈਗੇ ਆ, ਉਹਨਾਂ ਦਾ ਸਵਾਲ ਇੱਕੋ ਹੀ ਕਰਨਾ ਹੈਗਾ, ਨਸ਼ੇ ਦੀ ਕਾਟ ਵਿੱਚ ਕਿਹੜਾ ਨਸ਼ਾ ਛਿੜਾ ਉਹ ਪੰਜਾਬ ਨੂੰ ਚਾਹੀਦਾ ਹੈ, ਅਤੇ ਪੰਜਾਬ ਨੂੰ ਇਹ ਨਸ਼ਾ ਕਿਹੜਾ ਚਾਹੀਦਾ ਪੰਜਾਬ ਦੀ ਤਰੱਕੀ ਵਾਸਤੇ। ਬ੍ਰੇਕ ਤੋਂ ਵਾਪਸ ਆ ਕੇ ਹੋਰ ਸਵਾਲ ਪੁੱਛਾਂਗੇ ਜ਼ਰੂਰ ਕਿ ਕੁਦਰਤੀ ਨਸ਼ਿਆਂ ਦੀ ਖੇਤੀ ਨਾਲ ਬਣੇਗੀ ਬਚੇਗੀ ਪੰਜਾਬ ਦੀ ਜਵਾਨੀ ਅਤੇ ਕਿਸਾਨ। ਰੋਣਕੀ ਰਾਮ ਜੀ, ਡਾਕਟਰ ਗਾਂਧੀ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਤੁਸੀਂ ਉਸੇ ਮੰਚ ਵਿੱਚ ਸ਼ੁਮਾਰ ਹੋ। ਡਾਕਟਰ ਗਾਂਧੀ ਹੋਰਾਂ ਨੇ ਗੱਲ ਆਪਦੇ ਤਜਰਬੇ ਦੇ ਆਧਾਰ 'ਤੇ ਕਹੀ ਹੈ ਜਾਂ ਪੰਜਾਬ ਦੀ ਸਿਆਸਤ ਦੇ ਆਧਾਰ 'ਤੇ ਕਹੀ ਹੈ ਜਾਂ ਪੰਜਾਬ ਦਾ ਸਿਸਟਮ ਨਾਕਾਮ ਹੋਇਆ ਉਸ ਆਧਾਰ 'ਤੇ ਕਹੀ ਹੈ? ਦੇਖੋ, ਜਿਸ ਵਕਤ ਗਾਂਧੀ ਸਾਹਿਬ ਨੇ ਸੋਚਿਆ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਕਾਫੀ ਆਸਤਾ ਆਸਤਾ ਸਿਆਸਤ ਤੋਂ ਦੇ ਪਹਿਰੇ ਤੋਂ ਉਤਰ ਕੇ ਖੱਡੇ ਵੱਲ ਜਾ ਰਹੇ ਨੇ, ਉਹਨਾਂ ਨੇ ਖੁਦ ਆਮ ਆਦਮੀ ਪਾਰਟੀ ਤੋਂ ਆਪਣੇ ਆਪ ਨੂੰ ਅਲੱਗ ਕੀਤਾ, ਅਸਤੀਫਾ ਉਹਨਾਂ ਨੂੰ ਕੱਢਿਆ, ਉਹਨਾਂ ਨੇ ਅਸਤੀਫਾ ਦਿੱਤਾ ਨਹੀਂ, ਟੈਕਨੀਕਲ ਸੀਗਾ, ਪਰ ਉਹਨਾਂ ਦਾ ਜਿਹੜਾ ਉੱਚੀ ਸੁਰ ਰਹੀ ਆ ਉਹਦੇ ਵਾਸਤੇ ਵੀ ਹੁਣ ਉਹਨਾਂ ਨੂੰ ਲੱਗਿਆ ਕਿ ਕਿਸੇ ਨਾ ਕਿਸੇ ਲੈਵਲ 'ਤੇ ਆ ਕੇ ਪੰਜਾਬ ਦੇ ਬਾਰੇ, ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੀ ਸਥਿਤੀ ਕੀ ਆ, ਕਿਹੜੀਆਂ ਅਲਾਮਤਾਂ ਲੱਗੀਆਂ ਨੇ, ਉਹਨਾਂ ਬਾਰੇ ਕੌਣ ਜ਼ਿੰਮੇਵਾਰ ਹੈ? ਮੇਰਾ ਸਵਾਲ ਬੜਾ ਸਿੱਧਾ ਡਾਕਟਰ ਪ੍ਰੋਫੈਸਰ ਰੋਣਕੀ ਰਾਮ ਸਾਹਿਬ, ਇਹ ਡਾਕਟਰ ਗਾਂਧੀ ਕਹਿ ਰਹੇ ਆ ਜਾਂ ਸਿਆਸਤ 'ਤੇ ਗਾਂਧੀ ਕਹਿ ਰਹੇ ਆ? ਦੇਖੋ, ਜਦੋਂ ਤੁਸੀਂ ਸਿਆਸਤ ਦੀ ਗੱਲ ਕਰਦੇ ਆ ਤੁਸੀਂ ਬੰਦੇ ਦੇ ਜਿਹੜੇ ਜਾਤੀ ਸਵਾਲ ਨੇ, ਇੰਡੀਵਿਜੂਅਲ ਨੇ, ਤੁਸੀਂ ਉਹਨਾਂ ਨੂੰ ਸਿਆਸਤ ਤੋਂ ਬਿਲਕੁਲ ਡਾਇਵਰਸ ਕਰਕੇ ਉਹਦੇ ਤੋਂ ਵੱਖਰਾ ਕਰਕੇ ਨਹੀਂ ਦੇਖ ਸਕਦੇ। ਉਹ ਗਾਂਧੀ ਇਸ ਵੇਲੇ ਪੰਜਾਬ ਦੀ ਸਿਆਸਤ ਦੀ ਗੱਲ ਕਰ ਰਿਹਾ, ਉਹ ਸਿਆਸਤ ਜਿਹੜੀ ਪੰਜਾਬ ਨੂੰ ਬਚਾ ਸਕੇ, ਉਸ ਲੈਵਲ ਤੋਂ ਆ ਕੇ ਜੋ ਗਾਂਧੀ ਨੇ ਗੱਲ ਕੀਤੀ, ਕਿਉਂਕਿ ਉਹਨਾਂ ਨਾਲ ਕਾਫੀ ਮੁਲਾਕਾਤਾਂ ਹੋਈਆਂ, ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਪੰਜਾਬ ਮੰਚ ਬਣਾਉਣਾ ਹੈ, ਉਹਦੇ 'ਚ ਸਾਨੂੰ ਵੱਖਰੇ ਵੱਖਰੇ ਲੈਵਲ ਤੋਂ ਜੋ ਵੀ ਸਾਡੇ ਨਾਲ ਇੰਟਲੈਕਚੁਅਲ ਤੌਰ 'ਤੇ ਜੁੜਦਾ ਹੈ ਉਹਦੇ 'ਚ ਗੱਲ ਹੁੰਦੀ ਸੀ। ਉਹਨਾਂ ਦਾ ਇਹ ਕਹਿਣਾ ਹੁੰਦਾ ਸੀਗਾ ਵਾਰ ਵਾਰ ਕਿ ਦੇਖੋ, ਜਿਹੜੀ ਡਰੱਗ ਹੈ, ਡਰੱਗ ਦੇ ਬਾਰੇ ਪੂਰੇ ਵਿਸ਼ਵ ਦੇ ਵਿੱਚ, ਪੂਰੇ ਨੌਰਥ ਅਮਰੀਕਾ 'ਚ, ਯੂਰਪ ਵਿੱਚ ਇਹ ਧਾਰਨਾ ਬਣੀ ਆ ਕਿ ਲੜਾਈ ਸਰਕਾਰਾਂ ਡਰੱਗ ਦੇ ਵਿਰੁੱਧ ਹਾਰ ਚੁੱਕੇ ਨੇ। ਉਹਨਾਂ ਨੇ ਸੋਚਿਆ ਕਿ ਇਹ ਜਿਹੜਾ ਤਰੀਕਾ ਸੀਗਾ ਕਿ ਤੁਸੀਂ ਉਹਨਾਂ ਚੱਕ ਕੇ ਅੰਦਰ ਪਾ ਦਿਓ, ਤੁਸੀਂ ਉਹਦੇ 'ਤੇ ਕੇਸ ਬਣਾ ਦਿਓ, ਵੱਡੇ ਵੱਡੇ ਲਾ, ਜਿੰਨੇ ਕੀਤੇ ਉਹ ਖਤਮ ਹੋਏ, ਕਿਉਂਕਿ ਕਾਰਨ ਇਹ ਸੀਗਾ ਕਿ ਪ੍ਰੋਬਲਮ ਇਹ ਨਹੀਂ ਹੈਗੀ ਕਿ ਡਰੱਗ ਜਿਹੜੀ ਆ ਉਹਦੀ ਸਪਲਾਈ ਜ਼ਿਆਦਾ ਹੋ ਰਹੀ ਆ ਜਾਂ ਘੱਟ ਹੋ ਰਹੀ ਆ, ਪ੍ਰੋਬਲਮ ਇਹ ਹੈ ਕਿ ਲੋਕ ਜਿਹੜੇ ਨੇ ਉਹ ਡਰੱਗ ਨੂੰ ਵਰਤ ਰਹੇ। ਮਤਲਬ ਕੋਈ ਹੋਰ ਹੱਲ ਹੈ ਨਹੀਂ ਹੈਗਾ ਪੰਜਾਬ ਕੋਲ? ਪੰਜਾਬ ਕੋਲ ਹੱਲ ਹੈ, ਹੱਲ ਇਹ ਹੈ, ਪ੍ਰੋਫੈਸਰ ਹੋਣ ਦੇ ਨਾਤੇ ਤੁਸੀਂ ਇੰਨੇ ਸਾਲ ਸਟੂਡੈਂਟਸ ਨੂੰ ਪੜਾਇਆ, ਤੁਸੀਂ ਸਟੂਡੈਂਟਸ ਨੂੰ ਇਹ ਪੜਾਉਂਦੇ ਰਹੇ ਕਿ ਭਾਈ ਤੁਸੀਂ ਆਹ ਨਸ਼ਾ ਨਾ ਕਰੋ, ਆਹ ਕਰੋ? ਹਾਂਜੀ, ਮੈਂ ਉਦੋਂ ਗੱਲ ਹੀ ਕਰ ਰਿਹਾ, ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਉਹ ਦੋਸਤ ਗਾਂਧੀ ਗੱਲ ਕਰ ਰਿਹਾ, ਤੁਸੀਂ ਮੇਰੀ ਵਿਚਾਰ ਸੁਣੋ, ਅਤੇ ਮੈਂ ਕਹਿ ਰਿਹਾ ਮੇਰਾ ਇਹ ਵਿਚਾਰ ਹੈ ਕਿ ਜਦੋਂ ਤੁਸੀਂ ਡਰੱਗ ਬਾਰੇ ਗੱਲ ਕਰ ਰਹੇ ਹੋ ਉਹਦੀ ਧਾਰਨਾ ਕਰ ਰਹੇ ਹੋ, ਤੁਸੀਂ ਕਿਹੜੀ ਪੋਲਿਸੀ ਬਣਾਓਗੇ ਕਿ ਤੁਹਾਡੇ ਸਾਹਮਣੇ ਇੱਕ ਬਹੁਤ ਵੱਡਾ ਇਸ ਵੇਲੇ ਮਸਲਾ ਖੜਾ ਹੋ ਗਿਆ ਡਰੱਗ ਦੀ ਪੰਜਾਬ ਦੇ ਵਿੱਚ, ਤੁਸੀਂ ਇਹ ਕਹਿ ਦਿਓ ਜੀ ਮੈਂ ਤੇ ਇਹਨਾਂ ਚੀਜ਼ਾਂ ਨਸ਼ੇ ਦੀ ਖੇਤੀ ਨੂੰ ਸਪੋਰਟ ਕਰਦੇ ਕਿ ਨਹੀਂ ਕਰਦੇ? ਨਸ਼ੇ ਦੀ ਮੇਰਾ ਬੜਾ ਸਿੱਧਾ ਸਵਾਲ ਹੈ, ਇਹ ਨਸ਼ੇ ਦੀ ਖੇਤੀ ਨਹੀਂ ਹੈਗੀ, ਇਸ ਵੇਲੇ ਜਿਹੜੀ ਨਸ਼ੇ ਦੀ ਖੇਤੀ ਆ, ਤੁਸੀਂ ਇਹਨੂੰ ਇਹ ਮੰਨ ਕੇ ਚੱਲੋ ਜੇ ਤੁਸੀਂ ਮੱਧਿਆ ਪ੍ਰਦੇਸ਼ ਵਿੱਚ ਖੇਤੀ ਕਰ ਰਹੇ ਹੋ, ਕਿਸੇ ਹੋਰ ਸੂਬੇ 'ਚ ਕਰ ਰਹੇ ਹੋ, ਤਾਂ ਤੁਸੀਂ ਇਹ ਨਸ਼ੇ ਦੀ ਖੇਤੀ ਨਹੀਂ, ਤੁਸੀਂ ਨਸ਼ੇ ਦੀ ਖੇਤੀ ਨੂੰ ਕੰਟਰੋਲ ਕਰਕੇ ਉਸ ਚੀਜ਼ ਨੂੰ ਬਣਾ ਦੀ ਖੇਤੀ ਦੀ ਕੰਟਰੋਲ ਕਰਨ ਵਾਸਤੇ UNO ਤੇ ਇੱਕ ਲਾ ਹੈ, ਉਹਦੇ ਅੰਡਰ ਸਾਨੂੰ ਕੰਮ ਕਰਨਾ ਪੈਂਦਾ, ਤੁਸੀਂ ਤਾਂ ਲਾ ਤੋੜਦੇ ਪਏ ਹੋ। ਨਹੀਂ, ਜਦੋਂ ਹਜੇ ਤਾਂ ਇਹ ਉਹਨਾਂ ਦੀ ਇੱਕ ਲੈਵਲ ਦੇ ਉੱਤੇ ਆਪਣੀ ਵਿਊ ਨੂੰ ਇਹ ਕਹਿਣ ਵਾਸਤੇ ਸਰਕਾਰਾਂ ਨਹੀਂ ਮੰਨ ਰਹੀਆਂ ਐਜ਼ ਏ ਜਿਹਨੂੰ ਸਿੰਬਲ ਹੈਗਾ, ਜਦੋਂ ਖੇਤੀ ਸ਼ੁਰੂ ਹੋਏਗੀ ਲਾਅ ਬਣੇਗਾ, ਤਰੀਕਾ ਹੋਏਗਾ, ਇਹ ਥੋੜ੍ਹੀ ਤੁਸੀਂ ਦਬਾਅ ਪਾ ਰਹੇ ਹੋ ਸਰਕਾਰ 'ਤੇ ਵੀ ਇਹਦਾ ਲਾਅ ਬਣਾਇਆ ਜਾਵੇ, ਪੰਜਾਬ ਦੇ ਵਿੱਚ ਇਹ ਕਾਨੂੰਨ ਪਾਸ ਕੀਤਾ ਜਾਵੇ, ਪੰਜਾਬ ਦੇ ਵਿੱਚ ਛੋਟ ਦਿੱਤੀ ਜਾਵੇ, ਇਹ ਦਬਾਅ ਪਾਉਣ ਦੀ ਕੋਸ਼ਿਸ਼ ਵਿੱਚ ਹੋਣ? ਹਾਂ, ਗਾਂਧੀ ਸਾਹਿਬ ਨੇ ਦਿੱਲੀ ਗਏ, ਉਹਨਾਂ ਨੇ ਜਾ ਕੇ ਰਾਜਨਾਥ ਜੀ ਨਾਲ ਗੱਲਬਾਤ ਕੀਤੀ, ਉਹਨਾਂ ਨੇ ਕਿਹਾ ਪ੍ਰੋਗਰਾਮ ਬਣਾਓ, ਉਹ ਅਮਰਿੰਦਰ ਜੀ ਨੂੰ ਮਿਲੇ, ਉਹਦੇ ਨਾਲ ਗੱਲਬਾਤ ਕੀਤੀ ਕਿ ਤੁਸੀਂ ਆਪਣਾ, ਹੁਣ ਤਾਂ ਲੱਗਦਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੁਹਾਡੀ ਗੱਲ ਸੁਣੂਗੀ, ਤੁਸੀਂ ਖਸਖਸ ਦੇ ਬੀਜ ਖਿਲਾਰਤੇ ਆ। ਠੀਕ ਹੈ, ਡਾਕਟਰ ਗੁਰਪ੍ਰੀਤ ਸੰਧੂ ਜੀ, ਕਾਂਗਰਸ ਦਾ ਕੀ ਤਰਕ ਹੈ ਇਸ ਪੂਰੇ ਮੁੱਦੇ 'ਤੇ, ਕਿਉਂਕਿ ਕੈਪਟਨ ਸਾਹਿਬ ਪਹਿਲਾਂ ਇਹ ਗੱਲ ਕਹਿ ਚੁੱਕਿਆ ਕਿ ਡਰੱਗ ਪਾਲਿਸੀ ਹੋਣੀ ਚਾਹੀਦੀ ਹੈ ਪਹਿਲੀਆਂ ਸਰਕਾਰਾਂ 'ਚ, ਉਹਨਾਂ ਨੇ ਕਿਹਾ ਕੈਪਟਨ ਸਾਹਿਬ ਬੜੇ ਸਪਸ਼ਟ ਅਤੇ ਕਲੀਅਰ ਮਾਈਂਡਡ ਨੇ ਇਸ ਗੱਲ 'ਤੇ, ਜੇ ਡਰੱਗਸ ਦੀ ਕਲਟੀਵੇਸ਼ਨ ਜਾਂ ਕੋਈ ਕਿਸੇ ਕਿਸਮ ਦਾ ਵੀ ਡਰੱਗ ਦੀ ਪ੍ਰੋਡਕਸ਼ਨ ਕਰਨੀ ਹੈ, ਇਟ ਸ਼ੁੱਡ ਬੀ ਅੰਡਰ ਯੂਨੀਫਾਰਮ ਲਾਅ। ਹੋਇਆ ਕੀ ਹੈ, ਇਹ ਕਹਿ ਦੇਣਾ ਜੀ ਮੱਧਿਆ ਪ੍ਰਦੇਸ਼ ਹੁੰਦੀ ਹੈ, ਅਮਰੀਕਾ ਚੱਲ ਰਹੀ ਹੈ, ਦੀਜ਼ ਆਰ ਆਲ ਲਾਈਕ ਸਿਲੀ ਐਗਜ਼ਾਮਪਲਸ। ਐਵਰੀ ਸਟੇਟ, ਐਵਰੀ ਸੋਸਾਇਟੀ, ਐਵਰੀ ਇਨਵਾਇਰਮੈਂਟ ਹੈਜ਼ ਡਿਫਰੈਂਟ ਟਾਈਪ ਆਫ ਪੀਪਲ।
और उन्हों का रिस्पोंस उस चीज़ में डिफरेंट हों मध्य प्रदेश से राजस्थान दे फिर कैप्टन साहब की स्टेटमेंट भी काउंटर करते पे किस तरह कैप्टन साहब ने गल की ड्रग पॉलिसी सेम होनी चाहिए जो बाकी स्टेट छो रहा सुन तो लो वोट आम सेम बोलो अमेरिका ना कर दी ड्रग पॉलिसी सेम से कंट्री सेम होनी चाहिए मध्य प्रदेश चलाओ करता महाराष्ट्र चलाओ करता राजस्थान चलाओ किया इन तिना स्टेटा तो तस्करी जी हो रही है वो होर कि स्टेटा खराब हो रही कद नजा लाया कद किसी ने वेख्या भी राजस्थान तो जरा पाब नशा आता अगर भुकी के ट्रक आते होंगे सके क्यों आते हैं और कौन रोकता सी उन्होंने की वह कंट्रोल्ड कल्टीवेशन सी कि नहीं सी जी सब तो वड्डी गल मेरे बहुत सत्कारयोग रौनकी राम जी ने कही है कि उन्होंने एक टोकन थोड़े जे भी खिलारे है तो फिर मैं कहना भी मैं थोड़ा जा जिहड़ा हीरोइन इन एक टोकन ठीक है भी आ टोकन हीरोइन है तो ये मैं दिखा रहा भी ये बड़ा माड़ा नशा होंगे आ देखो मैं सुंघ के दिखाना थोनू ठीक है ये बड़ा माड़ा नशा है वो क्रिमिनल एक्ट है कि नहीं है जे वो है तो यह भी है बड़ी अजीब जी उदाहरण है नहीं उदाहरण अजीब ही होंगे जो कुदरती खेती कुदरती खेती दे कह देना के अफीम की खेती अलाउ कर दो जेडे किसान दे खेत एक खेत आ मेरे को डेढ़ एकड़ मैं ये मैनू अलाउ करता गवर्नमेंट ने भी तू भाई ये अफीम बीज ला मैं बीज ली मेरे नाल दे खेत वाला जिहड़ा मैनू वो अफीम की आमदनी चाहे सरकार चके जां फार्मास्यूटिकल कंपनी चके डेढ़ एकड़ के मैनू 10 लाख रुपया या 8 लाख या 7 लाख या 2 लाख आना जी नाल दी एक एकड़ जमीन है वो कणक तो झोना दोवे चर ला के 15,000 रुपया नहीं बचना गा वह क्यों नहीं करेगा यही खेती उन्होंने क्यों नहीं अलाऊगी अलाऊगी खेती और दूजी गल ओपन खेत ने जे अमली पिंड दस है तो 10 बंद दस हो सवेरे उठ के नेरे डोडे पट के लै जाएंगे की करोगे पूरी निगरानी बड़ी चीजें है डॉक्टर पहला कर मैं एक डॉक्टर के तौर पर समझना चाहना नशा छुड़ाने लिए डॉक्टर की करते कोई होर नशा देंगे देखो जिथों तक सवाल है नशा छुड़ाना होर गल है जिथों तक यह तरीका है गलत है यह मैं स्पष्ट कहना नशा छुड़ाने वास्ते अल्टरनेटिव ताकि वह पहले नशे तो टुट के बंदा थोड़ा जहाँ जो शरीर में तोड़ लगती है वह तोड़ ना लगे वह चीज़ होर है बिल्कुल खारिज कर दिया मैं गलते आना डॉक्टर गांधी ने यह फैलाया पंजाब दे हित की गल कर देना वो पंजाब दे हित दे विच 30% कर्जा किसानों के जुम्मे इस करके चढ़ रहा कि दवाइया महंगा ने इलाज महंगा है आ हुनी मेरा एक रिश्तेदार दाखला पीजीए च एक टीके के उत्ते 1883 रुपए लिखे ने पीजीए की जी सरकारी दुकान है वो तो वह मिलता 600 रुपए का बाजार चो मिले 232 रुपए का डॉक्टर गांधी ने यह क्यों नहीं तोड़िया भी तुम ला बनाओ कि दवाइया ही सस्तियां हो नहीं तोड़ रहे ये प्योरली सियासत है ये डॉक्टरी नहीं है बीज खन्ना ने मैं कहना यह गलत है दुनिया दे विच अज तक गुरु ग्रंथ साहिब विच तो असीं कही तां जांदे आ गुरु ग्रंथ साहिब विच कहा है जित पीते मत दूर होए बरन पवे विच आए ऐसा मत मूल न पीचे जेका पार वसा ईवन दारू नूं कहा है दूजी गल जिहड़ी उह कहिंदे वी ऐ टुट जू जाई ऐ हट जूगा राजस्थान च मध्य प्रदेश च मंदसौर दे विच यूपी च खेती हो रही है की उत्थे किसान सुसाइड नहीं कर रहे की उत्थे किसानों का हल हो गया पंजाब च कणक की प्रोडक्शन वर्ल्ड लैवल पर है फिर किसान की हालत कितों सुधर गई ये वही जी गल है जब WTO आई थी ना कहने जी पंजाब का किसान तो उत्थे अमरीका च बेच दुकान को और धूरी की मंडी से जाके बेच नहीं सकता अमरीका च कितने जाना ये पोस्ट के उत्ते बड़े टक्कर बड़े ठेकेदार उ फायदा उठाएंगे पंजाब दे विच इन्हां ना इतिहास देखने की कोशिश करी है ना सबूत दिते ने मैं इन्हां दे उस्ते भी पाया है भी यह दस देना भी भाई आ राजस्थान दे विच थां थां भुक्की दीआं दुकानां खोलियां सी लाइसेंसड दुकानां सी उत्थे भुक्की जी तस्करी हुंदी है और पंजाब नूं ज़्यादा भुक्की फड़ी गई है पंजाब च थां थां ठेके खुले हुए ने इत्थे 2 नंबर दी शराब बिकदी है ठेकेदार भी बेच रहे ने इहदा कोई अंत नहीं पंजाब दे विच तंबाकू थां थां पंजाब दे विच 1956 तों पहलां 3 चीज़ां दे ठेके हुंदे सी तंबाकू दे भी फीम दे भी ते शराब दे भी 1956 च आके एक नवा जब पंजाब पूरा नया बनया यह हो गया कि जी तंबाकू तो जिहड़ा मर्जी बेचे सिगरटा जर्दा सब बेचन लग गए जिहड़ी शराब है वो ठेके रहनगे फीम के ठेके करते बन दते जिहड़े पक्के अमली सीगे उन्हां वास्ते सिविल सर्जन कोले कोटे बनते उत्थों हौली हौली घटते जा पिंडां दे विच मशहूर हुंदा सी पिंडां चोरियां करते सी सारे अमली भी किसी का खुंड चुके लगे किसी का पतीला चुके लगे क्योंकि इन्नी है अज तक एक भी अमली उसने कदे रिएक्ट नहीं करिया ये की है लोगों तुम एक नशे तुम लोगों को कहदे वास्ते जिंदा रखना चाहते हो मतलब डॉक्टर की गल होगी भी उन्होंने वेंटीलेटर से पाई रखो तो सह आ रहा है वह जे सह पैसे बनाने वास्ते सह आई जाना जे बंदा रिएक्ट नहीं कर सकता सोशल इनजस्टिस के खिलाफ इकनोमिक इनजस्टिस के खिलाफ क्योंकि थीम च पीनक लगी होंगी लोगों ने मशहूर कहानियां जरूर सवाल करना चाहता
एक तबका मीडिया से भी दबाव पा रहा कि तुहानू पता ही नहीं कि पिंडां विच खेती हुंदी किवें है। वो कहिंदे सिंथेटिक नाल है जिहड़ा वो साडे शरीर का नुकसान हुंदा, जिहड़ा ये नशा साडे शरीर नूं नुकसान नहीं करदा गा, तो मीडिया वाले नूं पता ही नहीं चर्चा करनी किवें है। मेरी बेनती यह है भी यह कहना बड़ा सौखा है। हाँ, कोई उदाहरण दे उन्हें भी फीम नाल डैथ्स नहीं हुई ये कही जाते हैं। मैनू एक बार इन्होंने पाया कि जी ये उदाहरण दो, मैं पेपर लिखते वो उत्ते, मैं तो कहना मेरा वाह पे है। फिर इन्हें कह ये इंडियन जर्नल ने, सुन लो मेरी बेनती, ये तो इंडियन जर्नल, कोई फॉरनर जर्नल दो, मैं वो लिखते, फिर चुप करके। जब तुम फेसबुक से जब तुम सोशल मीडिया से पुठे बोलना बंदे विरोध करने वाले कितों आस रखते हो भी लोग तुम इस तरह गल कर विरोध करना चाहिए? डॉक्टर गांधी बिल्कुल विरोध करना चाहिए। पंजाब का पत्था बच जिन्ना हूँ बैठे इतों भी ज्यादा बैजूगा, पंजाब की अणख मारी जाऊगी, तो पंजाब के जोड़ा माड़ा मोटा रिएक्ट करना लोगों ने वो भी बंद हो जाएगा। तो जे जिन्ना चिर दिखाते नहीं भी आ राजस्थान का किसान है बड़ा खुशहाल हो गया, आ मंदसौर का किसान सुसाइड नहीं कर रहा, यूपी का किसान खुशहाल हो गया, तां तां किसानी की गल करना। दूजी गल भी इत्थे राजस्थान च नशियां की तस्करी बंद होगी, मध्य प्रदेश च बंद होगी, तां गल कर। ये कैसी गल करते हैं? ये तो हिंदू पंजाब च पहले ही तजर्बा हो चुके हैं। मैं एक छोटा ब्रेक लैके वापस आऊँगा। चिट्टे विरुद्ध खसखस का छिट्टा जिहड़ा किन्ना कामयाब होगा, सवाल बहुत महत्वपूर्ण हैगा। पंजाब की जवानी जुड़िया हुआ सवाल हैगा, जे नशे नूं असीं इदां ही खत्म करना हैगा फिर जिहड़े असीं कानून बनाए हुए है उन्हां कानूनां नूं जमीन ते किवें उतारेगी सरकार? असीं सियासत नूं कितें मौके तां नहीं दे रहे, तजर्बे तां नहीं कर रहे असीं पंजाब की जवानी नाल? उस पंजाब की जवानी जे नशा तुसीं लाउणा तां उहनां नूं खेडां दा नशा लाओ, उहनां नूं सभ्याचार दा नशा लाओ, उहनां नूं ग्राउंड दे विच लैके जाओ, मैदानां दे विच लैके जाओ। इह ना सोचियो कि एसी स्टूडियो दे विच बह के गल्लां करनियां बड़ियां सौखियां हैगियां, उहनां ग्राउंडां दे विच खेड खेड के ही ये पंजाब की जवानी है इतों तक पहुँची हैगी है। उस पंजाब की जवानी देखो जिहड़ी पंजाब की जवानी खेडती हुंदी सी, जिहड़ी पंजाब की जवानी सभ्याचार दे विच मल्ला मारती है, उस पंजाब की जवानी देखो। ये ना देखो पंजाब का अमली है जिहड़ा वह मरदा नहीं हुंदा सीगा, अमल पौना हुंदा टुटदा सीगा, उहनूं खसखस दे दो, अफीम दे दो। ते साडा सवाल इक्को ही है, जिहड़े चिट्टे दे नछेड़ी सानूं कहिंदे आ कि सानूं पोस्ती कहिण लग पैणगे, फिर तों ब्रेक तों वापस आवांगे, यही सवाल पुछना जरूर है। कि कुदरती नशियां की खेती ना बचेगी पंजाब की जवानी ते किसान? डॉक्टर गुरप्रीत संधू तुसीं की कहना चाहते? मैं कहना चाहना जी भी एक चीज़ जी नशा है, नशा नाम का भी होंदा, जिहड़े नानक नाम लेवा गुरु के नाम का नशा करते, गुरु की होंद का नशा करते हैं, कोई मेरे वर्गे माँ बाप की होंद की उन्होंने जिंदगी का नशा करते हैं। नशा जिहड़ा है एडिक्टिव होंदा, किसी किस्म का हो बंदे दे दिमाग में एक साइड तो ला एक साइड ला के दूजा सारा कुछ खत्म कर देता। यह जिहड़े नशे है जिन्हां की गल धर्मवीर गांधी करते हैं कि यह जी नैचुरल प्रोडक्ट्स ने, सिंथेटिक जी है वह चीज़ कोई हवा चो खिच के नहीं बनती, बनती अल्टीमेटली उन्होंने ही है, ठीक है। प्रोडक्शन की सिंथेटिक होंगी है लेकिन आँदी उतों ही है। एक प्लांट जरा तरवीर गांधी मैं हैरान हाँ भी इन्हें मेडिकल किया, इन यही नहीं पता भी जो बूटा हों डोडे का वे जो तने के उत्ते ब्लेड मारती है जो दुध निकलता वो अफीम भी बनती है, हिरोइन बनती है, वो सारा कुछ ही बनता है। तो जी मैनू मैं ले ली अगे इनू यही नहीं पता है कि पहला जो सा लसंस के उत्ते अफीम मिलती सी, और लसंस से अफीम इस करके मिलती सी कि हौली 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 पंजाब अमली घटा के असी नशा खत्म कर देंगे। ये कहना भी अमली घट गए दूजे बढ़ गए बंदे मरन लगे, पहली गल तो मैंने ये दसे तरवीर गांधी कि वह टीचा जोड़ा वो अमलियां अमल पहुँचा है कि जेड़े अमली हले तक नहीं बने और नशे से नहीं लगे उन्होंने बचा। प्रिवेंशन इज बैटर दैन क्योर, जे जवान अच्छ फिरते हैं उन्होंने नौकरियों की गल कर, जे जवान अच्छ फिरते सरकार ने वे खिच भी तुम इन रुजगार क्यों नहीं देंगे इन्हों। डॉक्टर गांधी सवाल कर ले, मैं एक सवाल तुम्हें करना चाहता, एक सवाल तुम करो मैंने एक मिनट कंप्लीट कर बोलो। डाइवर्सिफिकेशन ऑफ क्रॉप के उत्ते यूनिवर्सिटी के रिसर्चा चल दी, इंटरनेशनल रिसर्चा चल दी कि एक क्रॉप रोटेट करने पैणगे, कोई इन्हें छोटी इलायची की गल नहीं की, कोई दालों की गल नहीं की, कोई चौल सवाए एको गल दे नशा जरा और नैचुरल नशा 90-90 साल की उम्र होंगी है। और गांधी जी नशा किसी किस्म का भी हो माड़ा होंगे और ਤੁਸੀਂ ਕਿਸਾਨ ਦੀ ਕਿਸਾਨੀ ਬਚਾ ਨਹੀਂ ਰਹੇ, ਉਹਦਾ ਬੇੜਾ ਗਰਕ ਕਰ ਰਹੇ ਹੋ। ਠੀਕ ਹੈ ਡਾਕਟਰ ਸੰਧੂ, ਹਾਂਜੀ, ਇਹਦਾ ਮਤਲਬ ਸਰਕਾਰ ਹੈ ਜਿਹੜੀ ਉਹ ਨਸ਼ੇ ਦਾ ਲੱਕ ਤੋੜਨ ਦੇ ਵਿੱਚ ਨਾਕਾਮ ਰਹੀ ਹੈ? ਬਿਲਕੁਲ ਗਲਤ ਗੱਲ ਹੈ, 100% ਤੁਹਾਨੂੰ ਇਹ ਪਤਾ ਹੀ ਨਹੀਂ ਕਿ ਲੱਕ ਤੋੜਨਾ ਹੁੰਦਾ ਕੀ ਹੈ। ਲੱਕ ਟੁੱਟਿਆ ਇਸ ਤਰ੍ਹਾਂ ਵਾਰੀ ਵਾਰੀ ਕਈ ਮਾਧਿਅਮ ਤੋਂ, ਕਈ ਟੀਵੀ ਦੇ ਸ਼ੋਅਜ਼ ਦੇ ਉੱਤੇ ਕੈਪਟਨ ਸਾਹਿਬ ਵੀ ਕਹਿ ਚੁੱਕੇ, ਮੈਂ ਕਹਿੰਦਾ ਇਸ ਗੱਲ ਨੂੰ ਬੜੇ ਔਥੈਂਟਿਕਲੀ ਕਹਿੰਦਾ ਮੈਂ, ਬਿਕੋਜ਼ ਆਈ ਹੈਵ ਸੀਨ ਦਿਸ। ਜਿਹੜਾ ਸਿੰਥੈਟਿਕ ਨਸ਼ਾ ਹੈ ਉਹ ਕੁਆਂਟਮ ਉਹਦਾ ਕੋਈ ਹੁੰਦਾ ਨਹੀਂ ਸੀ, ਉਹ ਬਹੁਤ ਛੇਤੀ ਬਣ ਜਾਂਦਾ ਸੀ ਔਰ ਚੰਗੇ ਵੱਡੇ ਉਹਦੇ 'ਚ ਵਿਕਦਾ ਸੀ, ਨਸ਼ਾ ਕੁਇਕ ਹੁੰਦਾ ਸੀ, ਇਸ ਕਰਕੇ ਲੋਕ ਛੱਡ ਕੇ ਵੀ ਇਹਨੇ 4 ਘੰਟੇ ਨਸ਼ਾ ਕਰਨਾ ਇੱਧਰੋਂ 2 ਮਿੰਟ ਚਲੇ ਜਾਣਾ। ਹੋਇਆ ਕੀ ਹੈ, ਉਹ ਤਸਕਰੀ ਹੋ ਗਈ 90% ਬੰਦ, ਉਹ ਮਿਲਦਾ ਨਹੀਂ, ਨਹੀਂ ਮਿਲਦਾ ਤਾਂ ਪਿੱਛੇ ਤੇ ਇੰਨੀਆਂ ਮੌਤਾਂ ਹੋਈਆਂ ਕਿਉਂ ਹੋਈਆਂ? ਕਿਸੇ ਨੇ ਨਸ਼ੇ ਦੀ ਗੋਲੀ ਘੋਲ ਕੇ ਪਾਣੀ 'ਚ ਪਾ ਕੇ ਟੀਕਾ ਲਾ ਲਿਆ, ਉਹ ਇੰਟਰਾਵੀਨਸ ਜਿਹੜਾ ਇੰਜੈਕਸ਼ਨ ਹੁੰਦਾ ਉਹ ਨਹੀਂ ਲੱਗ ਸਕਦੇ।
ਝੋਨਾ ਜੇ ਏਦਾਂ ਹੀ ਅਸੀਂ ਬੀਜਦੇ ਰਹੇ, ਵੈਸੇ ਤਾਂ ਮੰਡੀਆਂ 'ਚ ਰੁਲਣਾ ਸ਼ੁਰੂ ਹੋ ਗਿਆ, ਝੋਨਾ ਅਸੀਂ ਏਦਾਂ ਹੀ ਬੀਜਦੇ ਰਹੇ 2030 ਤੱਕ ਪੰਜਾਬ ਦਾ ਪਾਣੀ ਖਤਮ ਹੋ ਜਾਏ। ਬਿਲਕੁਲ, ਪੋਸਤੀ ਨੂੰ ਟੈਕਸ ਲਾ ਦਈਏ 200 ਰੁਪਇਆ, ਪੋਸਤੀ ਨੂੰ ਟੈਕਸ ਲਾ ਦਈਏ 200 ਰੁਪਇਆ, ਪੰਜਾਬ ਦੇ ਖਜ਼ਾਨੇ ਦੇ ਵਿੱਚ ਖਜ਼ਾਨਾ ਭਰ ਜਾਵੇਗਾ। ਰੌਣਕੀ ਰਾਮ ਜੀ, ਅਸੀਂ ਪੰਜਾਬ ਦੇ ਪਾਣੀ ਨੂੰ ਬਚਾਉਣਾ ਹੈ ਤਾਂ ਅਸੀਂ ਇੱਦਾਂ ਬਚਾਵਾਂਗੇ? ਦੇਖੋ, ਕੁਛ ਸਵਾਲ ਬਿਲਕੁਲ ਰਿਲੇਟਡ ਨੇ। ਇਸ ਲਈ ਜਿਹੜਾ ਮੁੱਦਾ ਇਹ ਹੈ ਕਿ ਪੰਜਾਬ ਦੇ ਵਿੱਚ ਡਰੱਗ ਨੇ ਪੰਜਾਬ ਦੀ ਸੁਸਾਇਟੀ ਨੂੰ, ਪੰਜਾਬ ਦੀ ਯੂਥ ਨੂੰ, ਯੂਥ ਤੋਂ ਇਲਾਵਾ ਵੱਖ ਵੱਖ ਉਮਰ ਦੇ ਨਾਲ ਸੰਬੰਧਿਤ ਉਮਰ ਦੇ ਵਿੱਚ ਭੋਗ ਰਹੇ ਲੋਕਾਂ ਨੂੰ ਬਰਬਾਦ ਕੀਤਾ ਹੈ। ਔਰ ਇੱਥੇ ਤੱਕ ਹੋ ਗਿਆ ਹੈ ਕਿ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਲੋਕ ਤਰ੍ਹਾਂ ਤਰ੍ਹਾਂ ਕਰ ਉੱਠੇ ਨੇ। ਪਤਾ ਨਹੀਂ ਕਿਹੜੀ ਕਿਹੜੀ ਮੈਡੀਸਿਨ ਆ ਗਈ ਆ, ਜੇ ਹੀਰੋ ਤੁਸੀਂ ਭਾਸ਼ਣ ਦੇ ਰਹੇ ਹੋ, ਮੇਰੇ ਸਵਾਲ ਦਾ ਜਵਾਬ ਨਹੀਂ ਦੇ। ਮੈਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਇਹ ਕਹਿਣਾ ਕਿ ਝੋਨੇ ਨੂੰ ਜੇ ਤੁਸੀਂ ਉਗਾ ਰਹੇ ਹੋ ਤਾਂ ਇਹ ਡਰੱਗ ਦਾ ਵੀ ਕਰੂੰਗੇ, ਉਹਦਾ ਕੀ ਹੋਏਗਾ? ਇਸ ਲਈ ਗੱਲ ਇਹ ਹੈ ਕਿ ਜਦੋਂ ਤੁਹਾਡੇ ਉੱਤੇ ਵਾਰ ਲੱਗੀ ਹੋਈ ਹੈ, ਤੁਸੀਂ ਦਲੀਲਾਂ ਦੇ ਰਹੇ ਹੋ 2030 ਤੱਕ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਖਤਮ ਹੋ ਜਾਊਗਾ। ਬਿਲਕੁਲ, ਹਾਂ ਤੁਸੀਂ ਦਲੀਲਾਂ ਦੇ ਰਹੇ ਹੋ। ਬਿਲਕੁਲ, ਮੈਂ ਤਾਂ ਤੁਹਾਡੀ ਦਲੀਲ ਤੇ ਸਵਾਲ ਪੁੱਛ ਰਿਹਾ। ਇਸ ਕਰਕੇ ਕੋਈ ਹੋਰ ਤਰਕ ਵੀ ਦਿੱਤਾ ਜਾ ਸਕਦਾ ਸੀ। ਬਿਲਕੁਲ ਠੀਕ ਹੈ, ਅਸੀਂ ਐਨਡੀਪੀਐਸ ਐਕਟ ਤੇ ਸਵਾਲ ਪੁੱਛੇ ਹੈ। ਲੈਣਿਆਂ ਦੇ ਵਿੱਚ ਜੋ ਨੌਜਵਾਨ ਹੁੰਦਾ ਉਹ ਸਾਰੇ ਨਸ਼ੇੜੀ ਹੁੰਦੇ। ਇੱਕ ਸੁਣ, ਇੱਕ ਮਿੰਟ, ਇਹਦੇ ਵਿੱਚ ਕੇਪੀਜੀ ਇਹ ਹੈਗਾ ਕਿ ਗਾਂਧੀ ਸਾਹਿਬ ਦਾ ਇਹ ਕਹਿਣਾ ਕਿ ਤੁਸੀਂ ਜਿਹੜੀ ਖੇਤੀ ਹੈਗੀ ਆ ਪੋਸਟ ਦੀ ਇਹ ਕਰੋ ਕਿਉਂਕਿ ਪਾਣੀ ਘੱਟ ਲੱਗ ਗਿਆ, ਉਹ ਨਹੀਂ ਹੈਗਾ। ਉਹਨੂੰ ਇਹ ਕਹਿਣਾ ਹੈਗਾ, ਠੀਕ ਹੈ, ਠੀਕ ਹੈ, ਠੀਕ ਹੈ, ਇੱਕ ਮਿੰਟ, ਪਲੀਜ਼ ਇੱਕ ਮਿੰਟ, ਪਲੀਜ਼ ਡਟ ਪਹਿਲਾ ਕਰ। ਇੱਕ ਉਹਨਾਂ ਨੇ ਇੱਕ ਤਰਕ ਇਹ ਵੀ ਦਿੱਤਾ ਹੈਗਾ ਕਿ ਜੇ ਦਵਾਈਆਂ ਦੇ ਵਿੱਚ ਅਫੀਮ ਤੇ ਪੋਸਟ ਵਰਤੀ ਜਾ ਸਕਦੀ ਹੈ ਤਾਂ ਫਿਰ ਕਿਉਂ ਨਹੀਂ ਅਸੀਂ ਕਰਦੇ? ਨਹੀਂ ਨਹੀਂ, ਦਵਾਈਆਂ 'ਚ ਵਰਤਣ, ਦਵਾਈਆਂ 'ਚ ਤਾਂ ਹੈਰੋਇਨ ਵੀ ਵਰਤੀ ਜਾਂਦੀ ਹੈ, ਜਿਹੜੇ ਇੰਡਸਟਰੀਜ਼ ਨੇ ਉੱਥੇ ਹੈਰੋਇਨ ਫਿਰ ਅਸੀਂ ਹੈਰੋਇਨ ਨਾਲ ਲਾਓ ਕਰਾਂਗੇ। ਦਵਾਈ ਹੋਰ ਚੀਜ਼ ਹੈ, ਨਸ਼ਾ ਹੋਰ ਚੀਜ਼ ਹੈ, ਦਵਾਈ ਹਰ ਦਵਾਈਆਂ 'ਚ, ਬਥੇਰੀਆਂ ਦਵਾਈਆਂ 'ਚ ਸ਼ਰਾਬ ਹੈਗੀ ਹੈ। ਅਤੇ ਜਿਹੜੀ ਰੌਣਕੀ ਰਾਮ ਜੀ ਨੇ ਗੱਲ ਕਹੀ ਹੈ, ਪੰਜਾਬ ਦੇ ਬਾਰੇ 3 ਸਰਵੇ ਹੋ ਚੁੱਕੇ ਨੇ, ਟੋਟਲ ਬੰਦੇ ਜਿਹੜੇ ਫੀਮ ਕਦੇ ਵੀ ਖਾਧੀ ਹੈ ਉਹ 8 ਲੱਖ ਨੇ ਸਿਰਫ ਪੰਜਾਬ 'ਚ। ਉਹਨਾਂ 'ਚੋਂ 2.7 ਲੱਖ ਬੰਦੇ ਉਹ ਨੇ ਜਿਹੜੇ ਫੀਮ 'ਚ ਹੀ ਨੇ, ਪਰ ਜਿਹੜੇ ਸ਼ਰਾਬ ਦੇ ਨਸ਼ੇ ਦੇ ਨਸ਼ੇੜੀ ਨੇ ਉਹ 22 ਲੱਖ ਨੇ, ਜਿਹੜੇ ਤੰਬਾਕੂ ਦੇ ਨਸ਼ੇੜੀ ਨੇ ਉਹ 16.4 ਲੱਖ ਨੇ, ਉਹ ਨਸ਼ੇੜੀ ਗੋਲੀਆਂ ਵੀ ਚਲਾ ਰਹੇ ਨੇ। ਅਸੀਂ ਇਹ 8 ਲੱਖ ਬੰਦਾ ਜਿਹੜਾ ਕਦੀ ਫੀਮ ਲੈ ਵੀ ਲੈਂਦਾ, ਇੱਧਰ ਉੱਧਰ ਫੀਮ ਦੇ ਦੂਜੇ ਪਦਾਰਥ ਲੈਂਦਾ, ਹੈਰੋਇਨ ਲੈ ਲਈ, ਚਿੱਟਾ ਜੋ ਵੀ ਲੈ ਲਿਆ, ਅਸੀਂ 8 ਲੱਖ 1.3 ਕਰੋੜ ਦੀ ਆਬਾਦੀ 'ਚੋਂ 8 ਲੱਖ ਬੰਦੇ ਵਾਸਤੇ ਬਾਕੀਆਂ ਨੂੰ ਮਾਰਨਾ ਚਾਹੁੰਦੇ ਹਾਂ? ਅਸੀਂ ਉਹਨਾਂ ਨੂੰ ਵੈਜੀਟੇਟਿਵ ਲਾਈਫ 'ਚ ਲੈ ਕੇ ਜਾਣਾ ਚਾਹੁੰਦੇ ਹਾਂ? ਆਲਟਰਨੇਟਿਵ ਉਹ ਦਈਦਾ, ਮੈਂ ਕਹਿੰਦਾ ਆਲਟਰਨੇਟਿਵ ਦਿਓ, ਆਲਟਰਨੇਟਿਵ ਦਿਓ 2 ਗੱਲਾਂ ਦਾ। 1, ਕਿਸਾਨ ਦੀ ਮਿਨੀਮਮ ਇਨਕਮ ਇਨਸ਼ੋਰ ਕਰੇ ਸਰਕਾਰ, ਜਿਹੜੀ ਮਰਜ਼ੀ ਖੇਤੀ ਹੋਵੇ, ਖੇਤੀ ਲੋਕਾਂ ਨੂੰ ਲੋੜ ਵਾਸਤੇ ਚਾਹੀਦੀ ਹੈ। ਇਹ ਨਹੀਂ ਵੀ ਜ਼ਹਿਰ ਬੀਜ ਕੇ, ਐਂ ਤਾਂ ਫਿਰ ਉਹੀ ਤਾਂ ਗੱਲ ਹੋ ਗਈ, ਚਾਹੇ ਜ਼ਹਿਰ ਬੀਜ ਕੇ ਫਾਇਦਾ ਹੁੰਦਾ ਫਾਇਦਾ ਕਰ ਲਓ। ਦੂਜੀ ਗੱਲ, ਸਰਕਾਰ ਨੂੰ ਚਾਹੀਦਾ ਕਿ ਲੋਕਾਂ ਦੇ ਜਿਹੜੇ ਰੋਜ਼ ਖਰਚੇ ਹੋ ਰਹੇ ਨੇ ਉਹਨਾਂ ਖਰਚਿਆਂ ਨੂੰ ਘਟਾਵੇ। ਉਹ ਖਰਚੇ ਘਟਾ ਨਹੀਂ ਰਹੀ ਸਰਕਾਰ, ਨਾ ਇਹ ਕੁਛ ਕਰ ਰਹੇ ਨੇ ਇਹਦੇ ਉੱਤੇ। ਡਾਕਟਰ ਗਾਂਧੀ ਵੀ ਗਲਤ ਹੈ, ਜਗਮੀਤ ਸਿੰਘ ਬਰਾੜਰੀ ਵੀ ਗਲਤ ਹੈ, ਜਿਹਨਾਂ ਨੇ ਮੰਗਾਂ ਚੁੱਕੀਆਂ ਉਹ ਵੱਡੇ ਵੱਡੇ ਸਿਆਸਤਦਾਨ ਹੈ ਸਾਰੇ, ਉਹ ਸਾਰੇ ਗਲਤ ਹੈ। ਸਿਆਸਤਦਾਨ ਹੋਣ ਦਾ ਮਤਲਬ, ਸਿਆਸਤਦਾਨ ਹੋਣ ਦਾ ਮਤਲਬ ਹੈ ਵੀ ਜਿਹੜਾ ਉਹਨਾਂ ਨੇ ਬਿਆਨ ਦਿੱਤਾ, ਪਰਮਜੀਤ ਗੁਲਸ਼ਨ ਨੇ ਵੀ ਦਿੱਤਾ ਸੀ, ਉਹਨਾਂ ਨੇ ਸਭ ਤੋਂ ਪਹਿਲਾਂ ਦਿੱਤਾ ਸੀ, ਸਾਡੇ ਕੈਪਟਨ ਸਾਹਿਬ ਨੇ ਦਿੱਤਾ, ਇਹ ਦੁਕਾ ਵੱਡਾ ਕਿਹੜਾ ਚਾਹੀਦੀ ਹੈ ਸਿਆਸਤਦਾਨਾਂ ਦੀ ਸਿਆਸਤਦਾਨਾਂ ਦੀ ਮਾਣ ਜਿੱਤ ਕਰਦੇ ਹੋਏ, ਪਰ ਜੋ ਸਿਆਸਤਦਾਨ ਕਹਿੰਦੇ ਨੇ ਉਹਨੂੰ ਮੈਂ ਸੱਤ ਨਹੀਂ ਮੰਨਣ ਨੂੰ ਤਿਆਰ। ਠੀਕ ਹੈ, ਇੱਕ ਸਵਾਲ ਪੁੱਛਣਾ ਰੌਣਕੀ ਰਾਮ ਜੀ, ਹਾਂ ਬੋਲੋ ਬੋਲੋ ਬੋਲੋ। ਮੈਨੂੰ ਇਹ ਦੱਸੋ ਜੀ, ਡਾਕਟਰ ਗਾਂਧੀ ਨੇ ਜਦੋਂ ਜਦੋਂ ਰੈਲੀ ਕੀਤੀ ਜਾਂ ਜੋ ਵੀ ਕੀਤਾ ਉੱਥੇ, ਇਕੱਠ ਕੀਤਾ, ਠੀਕ ਹੈ, ਉਹਦੇ 'ਚ 500-700 ਹਜ਼ਾਰ ਬੰਦਾ ਸੀਗਾ, ਹੋਣਾ ਹੈ 1000 ਬੰਦੇ ਦੇ ਵਿੱਚੋਂ ਕਿੰਨੇ, ਚਲੋ ਵੱਧ ਸੀਗਾ 5000 ਹੋਣਾ, ਚਲੋ ਉਹ 5000 ਬੰਦੇ ਦੇ ਵਿੱਚੋਂ ਨਸ਼ੇੜੀ ਕਿੰਨੇ ਸੀ, ਫੀਮ ਤੇ ਕਿੰਨੇ ਸੀ, ਸੂਫੀ ਕਿੰਨੇ ਸੀ, ਔਰ ਨੌਜਵਾਨ ਜਿਹੜੇ ਉਹ ਕਿੰਨੇ ਸੀਗੇ? ਇਹ ਤਾਂ ਸਵਾਲ ਫਿਰ ਸਾਰੀ ਸਿਆਸਤ ਹੋਊਗਾ ਸਮੂਹ ਸਾਹਿਬ, ਇਹ ਕੋਈ ਕੋਈ ਤਰਕ ਨਹੀਂ ਹੈਗਾ, ਇਹ ਸਾਰੀ ਸਿਆਸਤ ਦਾ ਸਵਾਲ ਹੋਊਗਾ। ਵਾਟ ਆਰ ਦੇ ਕਮਿੰਗ ਟੂ ਯੂ ਡੋਨਟ ਇਵਨ ਲਿਸਨ ਟੂ ਮੀ। ਕੁਐਸਚਨ ਇਹ ਹੈ, ਕਿ ਤੁਸੀਂ ਕਲੇਮ ਕਰਦੇ ਆ ਵੀ ਪੰਜਾਬ ਦੇ ਵਿੱਚ ਸਿਰਫ ਨਸ਼ਾ ਜਿਹੜਾ ਉਹ ਜਵਾਨੀ ਖਤਮ ਕਰ ਰਿਹਾ, ਬੇਰੁਜ਼ਗਾਰੀ ਨਹੀਂ ਕਰ ਰਹੀ ਖਤਮ, ਠੀਕ ਹੈ ਨਾ, ਉਹ ਬੰਦਿਆਂ ਨੂੰ ਉਹਨਾਂ ਦੀ ਜਿਹੜੇ ਕਿਸਾਨ ਕਿੱਤਾ ਮਿਹਨਤ ਕਰਦਾ ਮਰਦਾ ਫਿਰਦਾ ਉਹਦੇ 'ਤੇ ਇੱਕ ਗੜੇ ਪੈ ਗਏ, ਉਹਦੀ ਸਾਰੀ ਫਸਲ ਗਈ 12-12 ਹਜ਼ਾਰ ਰੁਪਈਆ, ਠੀਕ ਆ, ਤੁਹਾਡਾ ਧਿਆਨ ਨਸ਼ੇੜੀ ਨੂੰ ਨਸ਼ਾ ਸਪਲਾਈ ਕਰਨ ਦਾ ਕਿਉਂ ਹੈ? ਤੁਹਾਡਾ ਡਾਇਵਰਸੀਫਿਕੇਸ਼ਨ ਕ੍ਰੋਪ ਦੇ ਰਿਸਰਚ ਕਿਉਂ ਨਹੀਂ ਹੈ? ਸਵਾਲ ਹੈ, ਸੰਧੂ ਸਾਹਿਬ ਨੇ ਬਹੁਤ ਅੱਛਾ ਬੋਲਿਆ, ਕਿਉਂਕਿ ਫੀਲਡ 'ਚੋਂ ਨੇ, ਫਾਰਮਰ ਪੰਜਾਬ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਨੇ। ਮੈਂ ਕਹਿਣਾ ਚਾਹੁੰਦਾ ਹਾਂ ਕਿ ਅਗਰ ਅਸੀਂ ਇਹ ਸਾਰਾ ਲੌਜਿਕ ਮੰਨ ਲਈਏ, ਗਰਗ ਸਾਹਿਬ ਦਾ, ਸੰਧੂ ਸਾਹਿਬ ਦਾ, ਧਾਨੀ ਸਾਹਿਬ ਦਾ, ਅਸੀਂ ਇਸ ਲਈ ਸਾਡੇ ਪਾਸ ਜੋ ਮੇਨ ਸਮੱਸਿਆ ਹੈ ਪੰਜਾਬ 'ਚ ਡਰੱਗ ਦੀ ਹੈ, ਅਸੀਂ ਮੰਨ ਲਈਏ, ਇੱਕ ਮਿੰਟ ਅਸੀਂ ਮੰਨ ਲਈਏ ਕਿ ਇਹ ਖੇਤੀ ਜਿਹੜੀ ਹੈਗੀ ਆ ਆਪਣੇ ਖਸਖਸ ਦੀ, ਇਹਨੂੰ ਇੱਕ ਪਾਸੇ ਰੱਖਦੇ ਇਸ ਗੱਲ ਨੂੰ, ਹੁਣ ਅਸੀਂ ਸੋਚੀਏ ਸਾਡੇ ਕੋਲ ਅਸੀਂ ਕਿਹੜੀ ਚੀਜ਼ ਹੈ ਜਿਹਨੂੰ ਅਸੀਂ ਡਰੱਗ ਨਾਲ ਲੜਾਂਗੇ।
गांधी साहब ड्रग ना लड़ने की कोशिश कर रहा ये थ्रू और ड्रग न बधा नहीं रहा सानू लग रहा है इसलिए जी ड्रग है वह फीम है वो च पोस्ट है वो विचो ये निकलेगा ਕੈਸਲੇ ਕੁਐਸਚਨ ਹੈ ਕਿ ਸਾਰੀਆਂ ਚੀਜ਼ਾਂ ਡਰਗ ਨੂੰ ਫੇਲ ਹੋ ਚੁੱਕੀ ਤੁਹਾਨੂੰ ਲੱਗਦਾ ਹੈ ਕਿ ਹੋਰ ਕੋਈ ਹੱਲ ਨਹੀਂ ਹੈਗਾ ਸਾਡੇ ਇੱਕ ਮਿੰਟ ਪਲੀਜ਼ ਫੁੱਟਬਾਲ ਦੇ ਲੱਗਦਾ ਹੋਰ ਕੋਈ ਹੱਲ ਨਹੀਂ ਹੈਗਾ ਉਹਦੇ 'ਚ ਹੱਲ ਹੈ ਉਹਦੇ 'ਚ ਹੱਲ ਹੈ ਉਹਦੇ 'ਚ ਹੱਲ ਹੈ ਹੱਲ ਬਹੁਤ ਹੋ ਸਕਦੇ ਨੇ ਡਿਫਰੈਂਟ ਹੱਲ ਹੋ ਸਕਦੇ ਨੇ ਲੇਕਿਨ ਇੱਕ ਪੰਜਾਬ ਦੇ ਵਿੱਚ ਜਦ ਅਸੀਂ ਮੰਨਦੇ ਹਾਂ ਇੱਕ ਧਾਰਨਾ ਹੈ ਕਿ ਪੰਜਾਬ ਦੇ ਵਿੱਚ ਲੋਕੀ ਅਫੀਮ ਖਾਂਦੇ ਸੀਗੇ ਛਪੰਜਾ ਜੇ ਖਾਂਦੇ ਸੀਗੇ ਉਹਨਾਂ ਨੂੰ ਡਾਕਟਰਾਂ ਨੇ ਦਿੱਤੀ ਡਾਕਟਰਾਂ ਨੇ ਕੀ ਕੀਤਾ ਅਫੀਮ ਲੈ ਕੇ ਉਹਨਾਂ ਨੂੰ ਚੇਂਜ ਕਰ ਦਿੱਤਾ ਗੁੜ 'ਚ ਮਿਲਾ ਕੇ ਦੇ ਦਿੱਤਾ ਕੁਛ ਹੋਰ ਲੋਕੀ ਮਰ ਗਏ ਇਹਦਾ ਮਤਲਬ ਹੈ ਕਿਤਨਾ ਕਿਤੇ ਸਾਡੇ ਸਾਡੇ ਸਿਸਟਮ ਦੇ ਵਿੱਚ ਇਹ ਰਹੀ ਆ ਲੋਕਾਂ ਕੋਲ ਨਸ਼ੇ ਦੀ ਜ਼ਰੂਰਤ ਇੱਕ ਸਵਾਲ ਇਹ ਵੀ ਪੁੱਛਿਆ ਜਾ ਰਿਹਾ ਚਰਚਾ ਵਿੱਚ ਆ ਗਿਆ ਕਿ ਡਾਕਟਰ ਗਾਂਧੀ ਦੇ ਬਿਆਨਾਂ ਦੀ ਜਾਂ ਡਾਕਟਰ ਗਾਂਧੀ ਦੇ ਕਦਮਾਂ ਦੀ ਇਸ ਲਈ ਮੁਖਾਲਫਤ ਕੀਤੀ ਜਾ ਰਹੀ ਹੈ ਕਿਉਂਕਿ ਵੱਡੇ ਵੱਡੇ ਡਰੱਗ ਪੈਡਲਰ ਹੈਗੇ ਆ ਉਹਨਾਂ ਧੰਦਾ ਬੰਦ ਹੋ ਜਾਵੇਗਾ ਦੇਖੋ ਮੈਂ ਤੁਹਾਨੂੰ ਇੱਕੋ ਕੁਐਸਚਨ ਕਰਦਾ ਕਿ ਜੇ ਇਹ ਜਿਹੜੀ ਡਰੱਗ ਹੈਗੀ ਆ ਜਿਹੜੀ ਅੱਜ ਪੰਜਾਬ ਦੇ ਵਿੱਚ ਬਣਾਉਣੀ ਚਾਹੁੰਦੇ ਆ ਇਹ ਹੀ ਇਹ ਫਸਲ ਹੈ ਜਿਹੜੀ ਇਹ ਅਫਗਾਨਿਸਤਾਨ ਦੇ ਵਿੱਚ ਵੀ ਪੈਦਾ ਹੋਈ ਇਹ ਫਸਲ ਉੱਥੇ ਹਥਿਆਰਾਂ ਦੀ ਫਸਲ ਵੀ ਪੈਦਾ ਹੋਈ ਤੁਸੀਂ ਉਹਦਾ ਰਿਜ਼ਲਟ ਕੀ ਨਿਕਲਿਆ ਅਫਗਾਨਿਸਤਾਨ ਦਾ ਹਾਲ ਕੀ ਹੈ ਕੀ ਤੁਸੀਂ ਅੱਜ ਇਹਨੂੰ ਅਫਗਾਨਿਸਤਾਨ ਬਣਾਉਣਾ ਚਾਹੁੰਦੇ ਇੱਥੇ ਜਾਇਜ਼ ਮੇਰੀ ਮੇਰੀ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਮੁਲਕ ਦੇ ਦੁਨੀਆ ਦੇ ਵਿੱਚ ਅਸੀਂ ਬਹੁਤ ਅੱਗੇ ਆ ਇਸ ਮਾਮਲੇ ਦੇ ਵਿੱਚ ਮੇਰੀ ਗੱਲ ਸੁਣੋ ਹਾਂ ਇਹ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹਾਂ ਬਿਲਕੁਲ ਅੱਜ ਜਿਹੜੀ ਸਟੇਟਮੈਂਟ ਦੀ ਗੱਲ ਕਰਦੇ ਆ ਨਾ ਆਪਾਂ ਤਿੰਨ ਤਰ੍ਹਾਂ ਦੀਆਂ ਸਟੇਟਮੈਂਟਾਂ ਦੀ ਆਪਾਂ ਅਲੱਗ-ਅਲੱਗ ਜੇ ਹੋ ਕਰਿਆ ਜਾਵੇ ਡਿਸਕਸ ਕਰਿਆ ਜਾਵੇ ਇੱਕ ਤਾਂ ਧਰਮਵੀਰ ਗਾਂਧੀ ਦੀ ਸਟੇਟਮੈਂਟ ਹੈਗੀ ਆ ਜਿਹਦੀ ਸਾਰੇ ਪਾਸੇ ਤੋਂ ਨਿੰਦਾ ਹੋ ਰਹੀ ਹੈ ਦੂਜੀ ਸਟੇਟਮੈਂਟ ਹੈਗੀ ਹੈ ਕੈਪਟਨ ਸਾਹਿਬ ਦੀ ਕੈਪਟਨ ਸਾਹਿਬ ਨੇ ਬਹੁਤ ਹੀ ਵਧੀਆ ਸਟੇਟਮੈਂਟ ਦਿੱਤੀ ਆ ਪੋਲਿਸ਼ਡ ਐਂਡ ਇੰਟੈਲੀਜੈਂਟ ਸਟੇਟਮੈਂਟ ਆ ਉਹਨਾਂ ਦੀ ਉਹਨਾਂ ਨੇ ਗੱਲ ਇਹ ਨਸ਼ੇ ਦੀ ਗੱਲ ਕਿਤੇ ਨਹੀਂ ਕਰੀ ਸਵਾਲ ਇਹ ਕਰ ਰਿਹਾ ਸਵਾਲ ਇਹ ਉੱਠ ਰਿਹਾ ਕਿ ਵੱਡੇ ਵੱਡੇ ਡਰੱਗ ਪੈਡਲਰ ਦਾ ਧੰਦਾ ਬੰਦ ਹੋ ਜੂਗਾ ਇਸ ਲਈ ਡਾਕਟਰ ਗਾਂਧੀ ਮੁਖਾਲਫਤ ਕਰੋ ਨਹੀਂ ਨਹੀਂ ਬਿਲਕੁਲ ਨਹੀਂ ਅਸੀਂ ਤਾਂ ਪਹਿਲਾਂ ਵੀ ਇਸ ਚੀਜ਼ ਦੇ ਖਿਲਾਫ ਅਸੀਂ ਤਾਂ ਇਸ ਚੀਜ਼ ਦੇ ਪਹਿਲਾਂ ਵੀ ਖਿਲਾਫ ਆ ਵੀ ਨਸ਼ਾ ਜਿਹੜਾ ਨਾ ਤੁਸੀਂ ਕੋਈ ਵੱਡਾ ਡਰੱਗ ਪੈਡਲਰ ਫੜਿਆ ਨਾ ਇਹਨਾਂ ਨੇ ਫੜਨਾ ਨਾ ਇਹਨਾਂ ਕਿਉਂ ਅਸੀਂ ਕਿਉਂ ਨਹੀਂ ਫੜਿਆ ਭੋਲੇ ਵਾਲੇ ਕੌਣ ਕੀ ਨੇ ਫੜੇ ਸੀ ਕਿਹਦੀ ਗਵਰਨਮੈਂਟ ਦੇ ਵਿੱਚ ਫੜੇ ਗਏ ਸੀ ਭੋਲਾ ਕਿਹਦੀ ਉਹਦੇ ਵਿੱਚ ਫੜਿਆ ਗਿਆ ਸੀ ਉੱਥੋਂ ਹੀ ਡਰੱਗ ਦਾ ਕੰਮ ਸ਼ੁਰੂ ਹੋਇਆ ਮੇਰੀ ਗੱਲ ਸੁਣੋ ਹੁਣ ਆਪਾਂ ਲੀਗਲ ਤੌਰ ਤੇ ਆ ਜਾਈਏ ਲੀਗਲ ਤੌਰ ਤੇ ਆ ਜਾਈਏ ਕਿ ਇੱਕ NDPS ਐਕਟ ਬਣਿਆ ਵਾ ਹੈਗਾ ਪੰਜਾਬ ਦੇ ਵਿੱਚ ਉਸ NDPS ਐਕਟ ਦੇ ਮੁਤਾਬਕ ਜਿਹੜਾ ਹੈਗਾ ਕੀ ਧਰਮਵੀਰ ਜਿਹੜਾ ਗਾਂਧੀ ਹੈਗਾ ਕੀ ਉਹਦੇ ਖਿਲਾਫ ਇਹ ਪੰਜਾਬ ਗਵਰਨਮੈਂਟ ਪਰਚਾ ਦਰਜ ਕਰੂਗੀ ਕੀਤਾ ਤਾਂ ਜਿਹੜਾ ਬੰਦਾ ਦੇਖੋ ਉਹਦੇ ਚ ਸੈਕਸ਼ਨ ਹੈਗਾ ਸੈਕਸ਼ਨ ਉਹਨੇ NDPS ਐਕਟ ਤੇ ਵੀ ਸਵਾਲ ਚੁੱਕੇ ਆ 80 ਲੱਖ ਅਪਰਾਧੀ ਬਣਾਤੇ ਪੰਜਾਬ ਦੇ ਕਿਹਨੇ ਜੀ ਡਾਕਟਰ ਗਾਂਧੀ ਹਰਾਂ ਨੇ ਦੇਖੋ ਜੇ ਦੇ ਹਾਂ ਬਿਲਕੁਲ ਮੈਂ ਇਹਨਾਂ ਦੇ ਗੱਲ ਦੀ ਤਾਇਦ ਕਰਦਾ ਜੇ ਧਰਮਵੀਰ ਗਾਂਧੀ ਨੇ ਗੱਲ ਕਰਨੀ ਸੀ ਤਾਂ ਲੋਕਾਂ ਨੂੰ ਰੋਜ਼ਗਾਰ ਦੀ ਗੱਲ ਕਰਦੇ ਲੋਕਾਂ ਦੇ ਬੈਨੀਫਿਟ ਦੀ ਗੱਲ ਕਰਦੇ ਲੋਕਾਂ ਦੇ ਭਲੇ ਦੀ ਗੱਲ ਕਰਦੇ ਲੋਕਾਂ ਨੂੰ ਮੰਨ ਲਓ ਤੁਸੀਂ ਸਾਨੂੰ ਸਾਰੇ ਐਲੀਗੇਸ਼ਨ ਲਾਉਂਦੇ ਆ ਸਾਨੂੰ ਲੋਕਾਂ ਨੇ ਕੱਢ ਕੇ ਵੀ ਬਾਹਰ ਬਿਠਾਤਾ ਬਾਹਰ ਬਿਠਾਤਾ ਕਾਂਗਰਸ ਗਵਰਨਮੈਂਟ ਹੈ ਕਾਂਗਰਸ ਗਵਰਨਮੈਂਟ ਲੋਕਾਂ ਦਾ ਭਲਾ ਕਰੇ ਗਾਂਧੀ ਜੀ MP ਬਣਾ ਕੇ ਉੱਥੇ ਭੇਜੇ ਆ ਉੱਥੇ ਆਪਣੇ ਕੁਐਸਚਨ ਕਿ ਸਿਰਫ ਇੱਕ ਫੀਮ ਦੀ ਖੇਤੀ ਹੀ ਜਿਹੜਾ ਹੈਗਾ ਉਹਨਾਂ ਦਾ ਕੁਐਸਚਨ ਮਾਰਕ ਕੇ ਰਹਿ ਗਿਆ ਚਲੋ ਇੱਕ ਹੋਰ ਛੋਟਾ ਬ੍ਰੇਕ ਨਾਲ ਬ੍ਰੇਕ ਤੋਂ ਵਾਪਸ ਆਵਾਂਗੇ ਸਿਆਸਤ ਪੰਜਾਬ ਦੇ ਵਿੱਚ ਕਿਹੜੇ ਬੀਜ ਬੀਜਣਾ ਚਾਹ ਰਹੀ ਹੈਗੀ ਹੈ ਸਿਆਸਤ ਪੰਜਾਬ ਦੀ ਜਵਾਨੀ ਨੂੰ ਕਿੱਧਰ ਲਾਉਣਾ ਚਾਹ ਰਹੀ ਹੈਗੀ ਹੈ ਸਿਆਸਤ ਆਦਰ ਤਰੀਕੇ ਨਾਲ ਚੱਲਦੀ ਪਈ ਹੈਗੀ ਹੈ ਜਾਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਕੁਛ ਕਦਮ ਵੀ ਚੱਕ ਰਹੀ ਹੈਗੀ ਹੈ ਸਵਾਲ ਉਸੇ ਪੰਜਾਬ ਦੀ ਜਵਾਨੀ ਦੇ ਹੈਗੇ ਹੈ ਸਵਾਲ ਸਾਰੇ ਪੁੱਛ ਰਹੇ ਹੈਗੇ ਹੈ ਇਹ ਅਫੀਮ ਦਾ ਕੀ ਰੋਲਾ ਹੈਗਾ ਖਸਖਸ ਦਾ ਕੀ ਰੋਲਾ ਹੈਗਾ ਪੋਸਟ ਦਾ ਕੀ ਰੋਲਾ ਹੈਗਾ ਸਿੰਥੈਟਿਕ ਡਰੱਗ ਕਿਉਂ ਨਹੀਂ ਖਤਮ ਹੋ ਰਹੀ ਪੰਜਾਬ ਦੇ ਵਿੱਚ ਬਹੁਤ ਸਾਰੇ ਸਵਾਲ ਹੈਗੇ ਹੈ ਸਾਰੇ ਕਹਿੰਦੇ ਆ ਕਿ ਪੰਜਾਬ ਸਰਹੱਦਾਂ ਦੇ ਨਾਲ ਲੱਗਦਾ ਹੈ ਇਸ ਸਾਰੇ ਪੰਜਾਬ ਨੂੰ ਇੱਕ ਅੱਡਾ ਬਣਾਇਆ ਜਾ ਰਿਹਾ ਟ੍ਰਾਂਜ਼ਿਟ ਪੁਆਇੰਟ ਆ ਜਿਹੜਾ ਪੰਜਾਬ ਨੂੰ ਬਣਾ ਦਿੱਤਾ ਗਿਆ ਹੈਗਾ ਬਹੁਤ ਸਾਰੇ ਸਵਾਲ ਹੈਗੇ ਹੈ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਇਸ ਘੱਟ ਸਮੇਂ ਦੇ ਵਿੱਚ ਨਹੀਂ ਮਿਲ ਸਕਦੇ ਪਰ ਕੋਸ਼ਿਸ਼ ਕਰ ਰਹੇ ਹਾਂ ਕਿ ਸਵਾਲਾਂ ਦੇ ਜਵਾਬ ਮਿਲਣ ਜ਼ਰੂਰ ਇੱਕ ਤੋਂ ਵਾਪਸ ਆ ਰਹੇ ਕਿ ਕੁਦਰਤੀ ਨਸ਼ਿਆਂ ਦੀ ਖੇਤੀ ਨਾਲ ਬਚੇਗੀ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਡਾਕਟਰ ਗੁਰਪ੍ਰੀਤ ਸੰਧੂ ਤੁਹਾਡੇ ਲਈ ਤਾਂ ਉਹ ਇੱਕ ਰਾਹ ਤਿਆਰ ਕਰਦੇ ਪਏ ਆ ਤੁਹਾਨੂੰ ਤਾਂ ਉਹ ਬਚਾ ਰਹੇ ਆ ਤੁਹਾਨੂੰ ਤੱਕ ਰਸਤਾ ਦੇ ਰਹੇ ਆ ਕਿਉਂਕਿ ਤੁਸੀਂ ਆ ਜਿਹੜਾ ਤੁਹਾਡੇ ਤੇ ਵਿਰੋਧੀ ਸਾਰੇ ਕਹਿ ਰਹੇ ਆ ਤੁਸੀਂ ਵੀ ਨਾਕਾਮ ਹੋਏ ਪਿਛਲੀਆਂ ਸਰਕਾਰਾਂ ਵੀ ਨਾਕਾਮ ਹੋਈਆਂ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣ ਲੱਗ ਕੇ ਦੁਬਾਰਾ ਸਵਾਲ ਤੁਹਾਡੇ ਕੋਲ ਆ ਰਿਹਾ ਤੁਹਾਨੂੰ ਤਾਂ ਡਾਕਟਰ ਗਾਂਧੀ ਦੇ ਨਾਲ ਜੁੜਨਾ ਚਾਹੀਦਾ ਜੇ ਬੇਈਮਾਨ ਹੋਈਏ ਤਾਂ ਜੁੜ ਜਾਈਏ ਇਮਾਨਦਾਰ ਹੋ ਤੁਸੀਂ ਡਾਕਟਰ ਗਾਂਧੀ ਬੇਈਮਾਨ ਹੈ ਤੁਹਾਨੂੰ ਨਹੀਂ ਲੱਗਦਾ ਡਾਕਟਰ ਗਾਂਧੀ ਬੇਈਮਾਨ ਇਹਦੂ ਬੇਈਮਾਨੀ ਕੀ ਹੋ ਸਕਦੀ ਹੈ ਕਿ ਜਿਸ ਜਿਸ ਖੇਤ ਦੇ ਵਿੱਚ ਟਰੈਕਟਰ ਚਲਵਾ ਕੇ
ਉਹਦੇ 'ਚ ਛਿੱਟਾ ਦੇਤਾ ਉਸੇ ਪਿੰਡ ਦੀ ਪੰਚਾਇਤ ਦੀ ਜ਼ਮੀਨ ਦੇ ਵਿੱਚ ਕਿਰਾਇਆ ਲਾ ਕੇ ਪੱਧਰੀ ਕਰਕੇ ਜ਼ਮੀਨ ਦੋ ਵਾਲੀਬਾਲ ਦੇ ਨੈੱਟ ਲਵਾਉਂਦਾ ਇੱਕ ਫੁੱਟਬਾਲ ਦੀ ਗਰਾਊਂਡ ਬਣਵਾਉਂਦਾ ਅਤੇ ਇੱਕ ਬਣਾਉਂਦਾ ਹਾਕੀ ਦੀ ਤਾਂ ਕਿ ਇੱਕ ਗੇਂਦ ਨਾਲ 22 ਪਲੇਅਰ ਖੇਡਦੇ 11-22 ਹਾਕੀਆਂ ਦੇ ਕੇ ਇੱਕ ਫੁੱਟਬਾਲ ਦੇ ਮਗਰ 22 ਪਲੇਅਰ ਭੱਜਦੇ ਜਦੋਂ ਅਮਲੀ ਨੂੰ ਵੀ ਦੱਸਦਾ ਨਾ ਵੀ ਯਾਰ ਖੇਡੀ ਜਾਂਦੇ ਉਹਦਾ ਵੀ ਜੀ ਕਰਦਾ ਜਦੋਂ ਉਹ ਜਾਂਦਾ ਐਕਸਰਸਾਈਜ਼ ਕਰਦਾ ਉਹਦੇ 'ਚੋਂ ਨਸ਼ਾ ਨਿਕਲਦਾ ਔਰ ਫਿਰ ਉਹ ਤੁਰਦਾ ਪੋਜ਼ਿਟਿਵਿਟੀ ਵੱਲ ਇਹ ਇੱਕ ਬੰਦੇ ਨੂੰ ਡਿਪੈਂਡੈਂਟ ਬੰਦੇ ਨੂੰ ਦੁਬਾਰਾ ਹੋਰ ਕਿਸੇ ਉਹ ਚੀਜ਼ 'ਤੇ ਡਿਪੈਂਡੈਂਟ ਕਰਨਾ ਇਜ਼ ਨੋ ਇਲਾਜ ਪ੍ਰਵੈਂਸ਼ਨ ਇਜ਼ ਬੈਟਰ ਦੈਨ ਕਿਓਰ ਠੀਕ ਹੈ ਇਹ ਕਿਓਰ ਵੀ ਨਹੀਂ ਹੈ ਦਿਸ ਇਜ਼ ਫਰੋਮ ਵਨ ਡਿਪੈਂਡੈਂਸੀ ਪੁਸ਼ਿੰਗ ਹਿਮ ਟੂ ਅਨਦਰ ਡਿਪੈਂਡੈਂਸੀ ਉਹਦੇ 'ਤੇ ਅਸੀਂ ਗੇਨ ਕਰ ਰਹੇ ਹਾਂ ਜੀ ਇਹ ਗਾਂਧੀ ਜੀ ਨੇ ਕਿੱਡੀ ਵੱਡੀ ਗੱਲ ਕਹਿਤੀ ਇਸ ਕਰਕੇ ਹੁਣ ਗਾਂਧੀ ਇਲੈਕਸ਼ਨ ਲੜ ਕੇ ਵੋਟਾਂ ਪਾ ਦਿਓ ਦਿਸ ਇਜ਼ ਨਥਿੰਗ ਬਟ ਐਕਸੈਂਟ੍ਰਿਸਿਟੀ ਔਨ ਦ ਪਾਰਟ ਆਫ ਐਨ ਐਜੂਕੇਟਡ ਪਰਸਨ ਔਰ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਐਡਾ ਤਕੜਾ ਪ੍ਰੈਕਟੀਸ਼ਨਰ ਰਿਹਾ ਪਟਿਆਲੇ ਦਾ ਲੋਕਾਂ ਦਾ ਭਲਾ ਕਰਦਾ ਰਿਹਾ ਔਰ ਇਹ ਬੜੇ ਘੱਟ ਪੈਸਿਆਂ ਦੇ ਉੱਤੇ ਇਲਾਜ ਕਰਦਾ ਰਿਹਾ ਉਹਨੇ ਇਹੋ ਜਿਹੀ ਗੱਲ ਕੀਤੀ ਕਿਵੇਂ ਉਹਦੇ ਤੇ ਸਵਾਲ ਚੱਕਣਗੇ ਲੋਕ ਵੀ ਤੂੰ ਸਾਨੂੰ ਖਾ ਲੈ ਫੀਪਾ ਆਪਾਂ ਕਿਉਂ ਮਾਰੇ ਜਿਹੜੇ ਠੀਕ ਹੁੰਦੇ ਰਹੇ ਡਾਕਟਰ ਗਾਂਧੀ ਤੇ ਡਾਕਟਰ ਗਾਂਧੀ ਦੀ ਇਮਾਨਦਾਰੀ ਆ ਰਿਹਾ ਡਾਕਟਰ ਗਾਂਧੀ ਦੀ ਇਮਾਨਦਾਰੀ ਤੇ ਸਵਾਲ ਨਹੀਂ ਕੋਈ ਚੱਕ ਸਕਦਾ ਪਰ ਡਾਕਟਰ ਗਾਂਧੀ ਨੇ ਜਿਸ ਤਰ੍ਹਾਂ ਦੀ ਦਲੀਲ ਦਿੱਤੀ ਹੈਗੀ ਆ ਉਸ ਸਵਾਲ ਸਾਰੇ ਪੁੱਛ ਰਹੇ ਹੈਗੇ ਆ ਹੁਣ ਸਵਾਲ ਇਹ ਹੈਗਾ ਕਿ ਜੇ ਖੇਤੀ ਅਲਾਓ ਵੀ ਕੀਤੀ ਜਾਂਦੀ ਹੈ ਕੁਝ ਕਿਸਾਨਾਂ ਨੂੰ ਲਾਇਸੈਂਸ ਮਿਲੇਗਾ ਸਾਰੇ ਕਿਸਾਨਾਂ ਨੂੰ ਤਾਂ ਨਹੀਂ ਮਿਲ ਸਕਦਾ ਹੈਗਾ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਉੱਥੇ ਵੀ ਆਰਥਿਕ ਅਸਾਵਾਂਪਣ ਦੀ ਗੱਲ ਆਵੇਗੀ ਦੇਖੋ ਜਦੋਂ ਇਹ ਇਸ ਤਰ੍ਹਾਂ ਦੀ ਕੋਈ ਕੰਟਰੋਲਡ ਸਿਸਟਮ ਦੀ ਗੱਲ ਬਣੂਗੀ ਤਾਂ ਅਗਰ ਕਿਸੇ ਕੋਲ 50 ਏਕੜ ਜ਼ਮੀਨ ਹੈ ਕਿਸੇ ਕੋਲ 40 ਏਕੜ ਜ਼ਮੀਨ ਹੈ ਕਿਸੇ ਕੋਲ 30 ਏਕੜ ਜ਼ਮੀਨ ਹੈ ਕਿਸੇ ਕੋਲ 20 ਏਕੜ ਜ਼ਮੀਨ ਹੈ ਕਿਸੇ ਕੋਲ 1 ਏਕੜ ਜ਼ਮੀਨ ਹੈਗੀ ਆ ਤਾਂ ਜੇ ਇਨਸਾਫ ਦੇ ਨਾਲ ਇਕੁਐਲਿਟੀ ਦੇ ਨਾਲ ਇਗੈਲੀਟੇਰੀਅਨ ਦੇ ਨਾਲ ਉਹਦਾ ਕੋਈ ਪਰਸੈਂਟੇਜ ਮੰਨਿਆ ਜਾਵੇਗਾ ਕਿ ਜਿਹਦੇ ਕੋਲ ਘੱਟ ਜ਼ਮੀਨ ਹੈਗੀ ਆ ਸਾਰਿਆਂ ਨੂੰ ਇਨਵੋਲਵ ਕੀਤਾ ਜਾਏਗਾ ਤਾਂ ਕਿ ਉਹਦੇ 'ਚ ਕਿਉਂਕਿ ਕੁਐਸਚਨ ਇਹ ਹੈ ਇਸ ਲਈ ਕਿ ਡਰੱਗ ਦੀ ਪ੍ਰੋਬਲਮ ਨਹੀਂ ਡਰੱਗ ਤੋਂ ਪ੍ਰੋਫਿਟ ਕਿੰਨੇ ਕਰੋੜਾਂ ਗੁਣਾ ਹੋ ਰਿਹਾ ਉਹਦੀ ਪ੍ਰੋਬਲਮ ਹੈ ਕਿਉਂਕਿ 1 ਗ੍ਰਾਮ ਦੀ ਕੀਮਤ ਕਿੰਨੀ ਹੈਗੀ ਆ ਨੋ ਤਾਂ ਕੁਐਸਚਨ ਹੈ ਜਿਹੜੇ ਬਾਕੀ ਨਸ਼ੇ ਸਸਤੇ ਮਿਲਦੇ ਆ ਦੇਖੋ ਤੁਸੀਂ ਕੇ ਪੀ ਸਿੰਘ ਜੀ ਜਿੱਦਣ ਪੰਜਾਬ ਵਿੱਚ ਹੀਰੋਇਨ ਖਤਮ ਹੋਈ ਆ ਕੰਟਰੋਲ ਹੋਣ ਦਾ ਕੋਈ ਕੀ ਨਾਂ ਸੀ ਉਹਦਾ ਫਿਲੰਤਲ ਮੈਡੀਸਿਨ ਆਈ ਆ ਉਹ ਹਾਥੀ ਨੂੰ ਲਗਾ ਕੇ ਇਨਥੀਜ਼ੀਆ ਸੁੱਥ ਕਰਦੀ ਸੀ ਬੰਦਿਆਂ ਨੇ ਉਹ ਟੀਕਾ ਲਗਾਇਆ ਸੂਈ ਵਿੱਚ ਰਹਿ ਗਈ ਪ੍ਰਾਈਸ ਹੈ ਇਸ ਲਈ ਪਤਾ ਕੀ ਹੈ ਇਹ ਜਿਹੜੀ ਪੋਲੀਟੀਕਲ ਇਕੋਨਮੀ ਉਹ ਡਰੱਗ ਹੈ ਉਹਦੀ ਪ੍ਰਾਈਸ ਹੈ ਪੋਲੀਟੀਕਲ ਇਕੋਨਮੀ ਜਿਹੜੀ ਹੈ ਤੁਹਾਨੂੰ ਕਿਸੇ ਚੀਜ਼ ਉੱਤੇ ਪ੍ਰੋਫਿਟ ਕਰਦੇ ਹੋ ਤੁਸੀਂ ਸੋਚਦੇ ਹੋ ਕਿ ਮੈਂ ਡਰੱਗ ਤੋਂ ਪੈਸੇ ਕਿਵੇਂ ਕਮਾਉਣੇ ਆ ਗਾਂਧੀ ਦਾ ਕਹਿਣਾ ਇਹ ਸੀਗਾ ਇਹ ਜਿਹੜੇ ਵੱਡੇ ਵੱਡੇ ਤਲਾੜ ਨੇ ਵਪਾਰ ਕਰਦੇ ਪਏ ਨੇ ਉਹਨਾਂ ਨੂੰ ਵਪਾਰ ਕਰਨ ਵਾਸਤੇ ਕਿਵੇਂ ਰੋਕਦੇ ਨੇ ਅਸੀਂ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਵੱਖਰਾ ਕਰੀਏ ਤਾਂ ਕਿ ਤੁਸੀਂ ਉਹ ਲੋਕਾਂ ਨੂੰ ਨਾ ਮਾਰ ਸਕੋ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਡਰੱਗ ਅਡਿਕਟ ਹੋ ਗਾਂਧੀ ਨੇ ਕਹਿ ਰਹੇ ਕਿ ਡਰੱਗ ਨੇ ਡਰੱਗ ਅਡਿਕਟ ਬਣਨੇ ਨੇ ਉਹ ਕਹਿੰਦੇ ਨੇ ਜੇ ਤੁਹਾਡੇ ਕੋਲ ਕੋਈ ਨੈਚੁਰਲ ਐਕਸਟ੍ਰੈਕਟ ਅਵੇਲੇਬਲ ਹੈ ਤਾਂ ਬੰਦਾ ਖਾ ਕੇ ਮਰੂ ਫਿਰ ਦੂਜੀ ਤੁਸੀਂ ਕੰਟਰੋਲ ਕਰੋ ਪ੍ਰੋਫੈਸਰ ਰੌਣਕੀ ਰਾਮ ਛੱਡੋ ਤੁਸੀਂ ਸਾਰੀਆਂ ਦਲੀਲਾਂ ਛੱਡੋ ਜੀ ਮੇਰਾ ਇੱਕ ਸਵਾਲ ਤੁਹਾਨੂੰ ਮੈਂ ਕਰਦਾ ਡਾਕਟਰ ਪ੍ਰੋਫੈਸਰ ਰੌਣਕੀ ਰਾਮ ਤੁਸੀਂ ਨਿੱਜੀ ਤੌਰ ਤੇ ਇਹ ਸੋਚਦੇ ਹੋ ਕਿ ਬੰਦੇ ਨੂੰ ਕੋਈ ਨਸ਼ਾ ਲੈਣਾ ਚਾਹੀਦਾ ਬਿਲਕੁਲ ਨਹੀਂ ਨਹੀਂ ਸੋਚਦੇ ਫਿਰ ਤੁਸੀਂ ਸ਼ਰਾਬ ਦੇ ਖਿਲਾਫ ਮੁਹਿੰਮ ਕਿਉਂ ਨਹੀਂ ਛੇੜਦੇ ਸਾਰੇ ਨੇ ਰਲ ਕੇ ਸ਼ਰਾਬ ਨਸ਼ਾ ਹੈ ਜਾਂ ਨਹੀਂ ਸ਼ਰਾਬ ਨਸ਼ਾ ਹੈ ਜਾਂ ਨਹੀਂ ਇੱਕ ਮਿੰਟ ਮਿਸ ਉਤਾਰ ਸ਼ਰਾਬ ਨਸ਼ਾ ਹੈ ਜਾਂ ਨਹੀਂ ਨਸ਼ਾ ਹੈ ਪੰਜਾਬੀਆਂ ਨੂੰ ਸ਼ਰਾਬ ਕਿਹਨੇ ਲਾਈ ਹੈ ਸ਼ਰਾਬ ਦੇ ਠੇਕੇ ਕਹਿੰਦੇ ਕੋਲੇ ਆ ਸਰਕਾਰ ਨੇ ਦਿੱਤੀ ਹੋਇਆ ਹਾਂ ਤੁਸੀਂ ਉਹਦੇ ਖਿਲਾਫ ਕਿਉਂ ਨਹੀਂ ਮੁਹਿੰਮ ਛੇੜਦੇ ਉਹਦੇ ਖਿਲਾਫ ਮੁਹਿੰਮ ਛੇੜੋ ਨਾ ਤੁਸੀਂ ਨਹੀਂ ਮੈਂ ਕਹਿ ਰਿਹਾ ਹਾਂ ਕਿ ਜਦੋਂ ਇਹ ਡਾਕਟਰ ਸਾਹਿਬ ਕਿਉਂਕਿ ਤੁਸੀਂ ਉਹਦੇ ਲਈ ਸੌਫਟ ਕਰਨ ਸ਼ਰਾਬ ਖਿਲਾਫ ਕਿਉਂ ਨਹੀਂ ਜਾਂਦੇ ਤੁਸੀਂ ਕੁਐਸਚਨ ਲੈ ਦੇ ਦੇਣ ਜਵਾਬ ਆਨਸਰ ਦੇ ਲੈਂਦੇ ਹੋ ਮੈਂ ਇੱਕ ਮਿੰਟ ਮੈਨੂੰ ਜਵਾਬ ਲੈਣ ਦਿਓ ਤਾਰੇ ਸਾਹਿਬ ਜਵਾਬ ਲੈਣ ਜਵਾਬ ਤਾਰੇ ਨਹੀਂ ਸਾਹਿਬ ਤਾਰੇ ਸਾਹਿਬ ਇੱਕ ਜਵਾਬ ਲੈ ਲੈਂਦੋ ਮੇਰਾ ਸਵਾਲ ਸ਼ਰਾਬ ਦੇ ਖਿਲਾਫ ਮੁਹਿੰਮ ਕਿਉਂ ਨਹੀਂ ਛੇੜਦੇ ਠੀਕ ਹੈ ਕੀ ਇਹ ਜਿਹੜੀ ਮੁਹਿੰਮ ਚੱਲੀ ਆ ਇਹ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਸ ਮੁਹਿੰਮ ਦੇ ਨਾਲ ਤੁਸੀਂ ਸੋਚ ਰਹੇ ਹੋ ਕਿ ਸ਼ਰਾਬ ਦੇ ਅਗੇਂਸਟ ਮੁਹਿੰਮ ਨਹੀਂ ਚਲਾਉਣਗੇ ਨੰਬਰ 1 ਤੁਸੀਂ ਜਦੋਂ ਸਿਆਸਤ ਵਿੱਚ ਆਉਂਦੇ ਹੋ ਡਾਕਟਰ ਸਾਹਿਬ ਕੇਪੀ ਜੀ ਤੁਸੀਂ ਸਿਆਸਤ 'ਤੇ ਆਉਣਾ ਹੁੰਦਾ ਤੁਹਾਨੂੰ ਜੋ ਗਾਂਧੀ ਮਹਾਤਮਾ ਗਾਂਧੀ ਨੇ ਭਾਰਤ ਨੂੰ ਆਜ਼ਾਦ ਕਰਾਉਣਾ ਸੀ ਉਹਨਾਂ ਨੇ ਡੰਡੀ ਜਾ ਕੇ ਲੂਣ ਦੀ ਮੁੱਠ ਪੱਟਣੀ ਸੀ ਲੋਕ ਕਹਿੰਦੇ ਸੀਗੇ ਇਹ ਲੂਣ ਦੀ ਮੁੱਠ ਚੱਕੀ ਆ ਕੀ ਨਾ ਚੇਂਜ ਹੋ ਜਾਏਗਾ ਉਹ ਸਿੰਬੋਲਿਕ ਸੀਗਾ ਸਿੰਬੋਲਿਕ ਠੀਕ ਹੈ ਹਾਂ ਧਾਰਨੀ ਸਾਹਿਬ ਫਟਾਫਟ ਮੈਂ ਇਹਨਾਂ ਨੂੰ ਕੁਐਸਚਨ ਇਹ ਕਰਦਾ ਹਾਂ ਕਿ ਸਾਰੀ ਦੀ ਸਾਰੀ ਸ਼ਰਾਬ ਤੁਸੀਂ ਪਹਿਲਾਂ ਕੁਐਸਚਨ ਸੀ ਤੁਸੀਂ ਕਿਹਾ ਕਿ ਜਿਹੜੀ ਹੈਗੀ ਹੈ ਬਾਹਰ ਤੋਂ ਆਉਂਦੀ ਹੈ ਗੋਲੀਆਂ ਵਾਲੀ ਟੀਕੇ ਵਾਲੀ ਸ਼ਰਾਬ ਆਉਂਦੀ ਹੈ ਕੀ ਕੱਲ ਨੂੰ ਤੁਸੀਂ ਪੱਠੀਆਂ ਜੱਟਾਂ ਦੀਆਂ ਲਵਾਓਗੇ ਵੀ ਸ਼ਰਾਬ ਆਪ ਕੱਢਿਆ ਕਰੋ ਬਿਲਕੁਲ ਠੇਕੇਦਾਰਾਂ ਤੋਂ ਸ਼ਰਾਬ ਨਹੀਂ ਲੈਣੀ ਕੀ ਅਗਲਾ ਤੁਹਾਡਾ ਸਟੈਪ ਇਹ ਹੋਊਗਾ ਸਵਾਲ ਬਹੁਤ ਇੰਪੋਰਟੈਂਟ ਹੈ ਇਸ ਲਈ ਗਾਂਧੀ ਸਾਹਿਬ ਦੀ ਜਿਹੜੀ ਮੇਨ ਨਿਸ਼ਾਨਾ ਹੈ ਇਹ ਹੈ ਕਿ ਪੰਜਾਬ 'ਚ ਡਰੱਗ ਨੂੰ ਕਿਵੇਂ ਖਤਮ ਕਰਨਾ ਜੇ ਡਾਕਟਰ ਸਾਹਿਬ ਬੈਠੇ ਨੇ ਜੇ ਪੋਲੀਓ ਨੂੰ ਖਤਮ ਕਰਨ ਵਾਸਤੇ ਇਹ ਪੋਲੀਓ ਦੇ ਥੋੜ੍ਹੇ ਜਿਹੇ ਸਟੈਂਡ ਪਾਉਂਦੇ ਨੇ ਤੇ ਕਹਿੰਦੇ ਨੇ ਵੀ ਅਸੀਂ ਦਵਾਈ ਦਿੰਦੇ ਹਾਂ ਉਹ ਕਹਿ ਰਹੇ ਨੇ ਕਿ ਇਸ ਲਈ ਪੰਜਾਬ ਦੇ ਵਿੱਚ ਸਮੱਸਿਆ ਜਿਹੜੀ ਹੈ ਉਹ ਡਰੱਗ ਦੀ ਆ ਡਰੱਗ ਨੂੰ ਫੋਟ ਕਰ ਰਹੇ ਨੇ ਇੱਕ ਮਿੰਟ ਰੋਜੋ ਸਵਾਲ ਤੁਹਾਡੇ ਤੋਂ ਬਹੁਤ ਹੈਗੇ ਆ ਤੁਸੀਂ ਸਵਾਲਾਂ ਦੇ ਜਵਾਬ ਦਿੰਦੇ ਨਾ
ਸ਼ਰਾਬ ਨਸ਼ਾ ਹੈ, ਬਿਲਕੁਲ ਨਸ਼ਾ। ਸ਼ਰਾਬ ਦੇ ਖਿਲਾਫ ਮੁਹਿੰਮ ਕੌਣ ਚੜੂਗਾ? ਸਿਰੋਸਿਸ ਹੋ ਰਿਹਾ, ਸ਼ਰਾਬ ਦੇ ਨਾਲ ਲੋਕ ਮਰ ਰਹੇ ਨੇ, ਇਹ 'ਚ ਕੋਈ ਡਾਊਟ ਨਹੀਂ। ਬੜੀਆਂ ਮਾਨਵੀ ਹਸਤੀਆਂ ਮਰੀਆਂ ਨੇ ਸ਼ਰਾਬ ਕਰਕੇ, ਸਿਰੋਸਿਸ ਨਾਲ। ਦੂਜੀ ਗੱਲ ਤੰਬਾਕੂ, ਤੰਬਾਕੂ ਦਾ 16.4 ਲੱਖ ਮਰੀਜ਼ ਬੰਦਾ, 33% ਕੈਂਸਰ ਤੰਬਾਕੂ ਕਰਕੇ ਹੋ ਰਿਹਾ। ਜਵਾੜੇ ਦਾ ਕੈਂਸਰ, ਜੀਭ ਦਾ ਕੈਂਸਰ, ਬੁੱਢਾਂ ਦਾ ਕੈਂਸਰ, ਗਲੇ ਦਾ ਕੈਂਸਰ, ਫੇਫੜੇ ਦਾ ਕੈਂਸਰ, ਇਹ ਸੈਂਕੜੇ ਹੋਰ ਤਰ੍ਹਾਂ ਦੀਆਂ ਬਿਮਾਰੀਆਂ। ਦੂਜੀ ਗੱਲ ਜਿਹੜਾ ਇਹਨਾਂ ਨੇ ਉਹ ਫੈਂਟੈਨਿਲ ਹੈ, ਉਹ ਹਾਥੀ ਐਵੇਂ, ਇਹੀ ਮੈਂ ਕਹਿਣਾ, ਉਹ ਹਾਥੀ ਉੱਥੇ ਨਹੀਂ, ਉਹ ਬੰਦਿਆਂ ਦੇ ਵਾਸਤੇ ਵੀ ਉਹ ਬੇਹੋਸ਼ੀ ਦੀ ਦਵਾਈ, ਸੋਸ਼ਲ ਮੀਡੀਆ ਤੇ ਬਹੁਤ ਚੱਲਿਆ ਸੀਗਾ। ਨਹੀਂ ਨਹੀਂ ਉਹ ਸਮਝਦੇ ਨਹੀਂ, ਪਸ਼ੂਆਂ ਨੂੰ ਵੀ ਉਹੀ ਅਨਸੀਅਤ ਦਿੰਦਾ, ਬੰਦਿਆਂ ਨੂੰ ਵੀ ਪਤਾ ਹੈ ਸਾਡੇ ਬਹੁਤ ਕਦਾ ਵੀ ਤੁਸੀਂ ਇਹ ਤਾਂ ਦੇਖ ਲਓ ਵੀ ਸੱਚੀ ਬੱਚੇ ਹਾਥੀ ਨੂੰ ਦਿੱਤੀ ਜਾਂਦਾ, ਕਿਸੇ ਹੋਰ ਨੂੰ ਵੀ ਦਿੱਤੀ ਜਾਂਦੀ ਹੈ। ਤੁਸੀਂ ਉਹਨੂੰ ਸੈਂਟੀਮੈਂਟਲ ਇਸ਼ੂ ਬਣਾ ਕੇ ਪੇਸ਼ ਕਰੋਗੇ, ਫਿਰ ਕੁਛ ਵੀ ਕਰਨਾ, ਲੋਕਾਂ ਨੂੰ ਗੁੰਮਰਾਹ ਕਰਨ ਦੀ ਗੱਲ ਹੈ ਜੇ ਫਿਰ ਤੁਸੀਂ ਕਹੋ ਜੋ ਚੜ੍ਹ ਰਹੇ ਬੰਦੇ ਨੂੰ ਕਿ ਮੈਂ ਕੋਈ ਸਮਾਜ ਨੂੰ ਚੰਗਾ ਬਣਾਵਾਂਗਾ, ਮੈਨੂੰ ਨੌਕਰੀ ਵੀ ਮਿਲੇਗੀ, ਮੈਨੂੰ ਕੰਮ ਵੀ ਮਿਲੇਗਾ, ਮੈਂ ਕੰਮ ਕਰਾਂਗਾ ਵੀ, ਮੈਂ ਆਪ ਵੀ ਚੰਗਾ ਬਣਾਂਗਾ ਤੇ ਮੈਂ ਸਮਾਜ ਨੂੰ ਵੀ ਚੰਗਾ ਬਣਾਵਾਂਗਾ, ਮੈਂ ਚੰਗਾ ਪਲੇਅਰ ਬਣਾਂਗਾ, ਮੈਂ ਚੰਗਾ ਗੀਤਕਾਰ ਬਣਾਂਗਾ, ਉਹ ਬੰਦੇ ਤੁਸੀਂ ਪੈਦਾ ਕਰੋ। ਇਹਦੀ ਵਜ੍ਹਾ ਕਿ ਨਸ਼ੇੜੀ ਮੈਂ ਸੇਮ ਡਰੱਗ ਪਾਲਿਸੀ ਵਾਲਾ ਇੱਕ ਜਵਾਬ ਦੇ ਦਿਓ। 12 ਸੂਬਿਆਂ ਦੇ ਵਿੱਚ ਖੇਤੀ ਹੋ ਰਹੀ ਹੈ, ਅਸੀਂ 243 ਟਨ ਅਫੀਮ ਆ ਜਿਹੜੀ ਬਾਹਰ ਭੇਜ ਚੁੱਕੇ ਹਾਂ, ਜਿਹੜੇ ਸੂਬੇ ਖੇਤੀ ਕਰਦੇ ਉਹਨਾਂ ਨੂੰ ਬੜਾ ਫਾਇਦਾ ਹੋਇਆ ਇਸ ਸਭ ਚੀਜ਼ਾਂ ਦੀਆਂ। ਸੇਮ ਡਰੱਗ ਪਾਲਿਸੀ ਜਿਹੜੀ ਜ਼ਿਕਰ ਹੋ ਰਿਹਾ, ਉਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜਿੱਥੋਂ ਤੱਕ ਸਵਾਲ ਹੈ, ਇੱਕ ਸਮਾਨ ਜਿਹੜੀ ਡਰੱਗ ਪਾਲਿਸੀ ਆ ਉਹ ਇੱਕੋ ਹੋਣੀ ਚਾਹੀਦੀ ਹੈ। ਹਿੰਦੁਸਤਾਨ ਦਾ ਦੁਖਾਂਤ ਇਹ ਹੈ ਕਿ ਉਹ ਡਰੱਗ ਪਾਲਿਸੀ ਤੋਂ ਕੋਈ ਗੱਲ ਹੀ ਨਹੀਂ ਕਰਦਾ। ਡਰੱਗ ਪਾਲਿਸੀ ਇਕੱਲੀ ਨਸ਼ਿਆਂ ਦੀ ਖੇਤੀ ਦੇ ਨਾਲ ਸੰਬੰਧਿਤ ਨਹੀਂ, ਨਾ ਨਸ਼ਿਆਂ ਦੀ ਵਿਕਰੀ ਨਾਲ ਹੈ। ਡਰੱਗ ਪਾਲਿਸੀ ਮੈਂ ਐਗਜ਼ਾਮਪਲ ਦੇ ਚੁੱਕਿਆ ਵੀ ਅਸੀਂ ਇੱਥੇ ਈਵਨ ਆ ਪਿਛਲੀ ਸਰਕਾਰ 'ਚ ਕੈਂਸਰ ਦੀਆਂ ਦਵਾਈਆਂ ਦਾ ਟੈਂਡਰ ਕਰਿਆ, ਉਹਦੇ ਵਿੱਚ 100 ਦਵਾਈਆਂ ਤੇ ਜਿਹੜੀ ਕੀਮਤ ਲਿਖੀ ਸੀ ਉਹ 1 ਰੁਪਏ ਦੇ ਵਿੱਚ ਮਿਲੀਆਂ, 100 ਦੇ ਵਿੱਚੋਂ ਮਤਲਬ 17, ਜਿਹਦੇ 17 ਦਵਾਈਆਂ 1 ਤੋਂ 10 ਰੁਪਏ 'ਚ ਮਿਲੀਆਂ, ਜਿਹਦੀ ਕੀਮਤ 100 ਰੁਪਏ ਲਿਖੀ ਹੈ। ਆ ਦੂਜੀ ਐਗਜ਼ਾਮਪਲ, ਮੈਂ ਹੁਣੀ ਆਪ ਖਰੀਦ ਕੇ ਟੀਕਾ ਲਿਆ, ਇਹਦੇ ਉੱਤੇ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ ਵੀ ਇਹ 50-50 ਗੁਣਾ 60-60 ਗੁਣਾ ਕੀਮਤਾਂ ਲਿਖੀਆਂ ਨੇ, ਉਹਦੇ ਉੱਤੇ ਨਹੀਂ ਇਹ ਉੱਤੇ ਲਿਆ ਉਹਨੇ ਪਾਰਲੀਮੈਂਟ 'ਚ ਬਿੱਲ, ਕਿਉਂ ਨਹੀਂ ਲਿਆਂਦਾ ਜਾਂਦਾ? ਅਗਲੀ ਗੱਲ, ਗਾਂਧੀ ਸਾਹਿਬ ਨੇ ਇੱਕ ਲਾਸਟ ਗੱਲ ਕਹਿਣਾ, ਫਟਾਫਟ ਪਲੀਜ਼, ਪਾਰਲੀਮੈਂਟ 'ਚ ਇਹਦੇ 'ਤੇ ਬਿੱਲ ਲੈ ਕੇ ਗਏ ਸੀ, ਉਹ ਬਿੱਲ ਦੀ ਵੇਟ ਕਿਉਂ ਨਹੀਂ ਕਰੀ? ਗਾਂਧੀ ਸਾਹਿਬ ਨੇ ਬਾਰ ਬਾਰ ਜਾ ਕੇ ਪਾਰਲੀਮੈਂਟ ਵਿੱਚ ਰਾਜਨਾਥ ਜੀ ਨੂੰ ਮਿਲ ਕੇ ਪੰਜਾਬ ਨੂੰ ਦੇ ਕੇ ਰਿਪ੍ਰੈਜੈਂਟੇਸ਼ਨ ਗੱਲ ਕਰ ਰਹੇ ਨੇ, ਹੁਣ ਇਸ ਵਕਤ ਉਹ ਜੇ ਗੱਲ ਕਹਿ ਰਹੇ ਨੇ, ਮੈਂ ਗੱਲ ਕਰਨੀ ਚਾਹੁੰਦਾ, ਇੰਤਜ਼ਾਰ ਕਿਉਂ ਨਹੀਂ ਕੀਤਾ? ਸਵਾਲ ਬੜਾ ਸਿੱਧਾ, ਨਹੀਂ ਇੰਤਜ਼ਾਰ ਉਹ ਮਤਲਬ ਉਹਦੇ ਬਾਰੇ ਤੇ ਪ੍ਰੈਸ਼ਰਾਈਜ਼ ਟੈਕਟਿਸ ਹੈ, ਤੁਸੀਂ ਜਲਦੀ ਬਣਾਓ। ਆਪਣੇ ਖਾਣ ਵਾਸਤੇ ਪੈਦਾ ਕੀਤੇ ਸੀ, ਉਹ ਚੌਲ ਪੈਦਾ ਕੀਤੇ ਸੀ, ਪ੍ਰੋਡਕਸ਼ਨ ਹੈਗੀ ਆ। ਹੁਣ ਜੇ ਹੁਣ ਜੇ ਪੰਜਾਬ ਦੇ ਵਿੱਚ ਜੋ ਗਰਗ ਸਾਹਿਬ ਕਹਿੰਦੇ ਨੇ ਕਿ ਪੂਰੇ ਪੰਜਾਬ ਦੇ ਭਾਰਤ ਦੇ ਸੂਬਿਆਂ 'ਚ ਖੇਤੀ ਹੋ ਰਹੀ ਆ, ਮੈਂ ਕਹਿੰਦਾ ਜੇ ਖੇਤੀ ਹੋ ਰਹੀ ਆ ਤਾਂ ਪੰਜਾਬ ਦੇ ਵਿੱਚ ਵੀ ਕੰਟਰੋਲ ਖੇਤੀ ਸ਼ੁਰੂ ਕਰ ਦਿਓ। ਸਾਰੇ ਮਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਨਸ਼ੇ ਦੀ ਕਾਟ ਕਿਹੜਾ ਨਸ਼ਾ? ਮੈਂ ਵਾਰ ਵਾਰ ਇਸ ਮੰਚ ਤੋਂ ਇੱਕ ਗੱਲ ਕਹਿਣਾ, ਜੇ ਪੰਜਾਬ ਦੀ ਜਵਾਨੀ ਨੂੰ ਨਸ਼ਾ ਲਾਉਣਾ ਤਾਂ ਖੇਡਾਂ ਦਾ ਲਾਓ, ਸੱਭਿਆਚਾਰ ਦਾ ਲਾਓ, ਇੱਥੋਂ ਦੀ ਵਿਰਾਸਤ ਦਾ ਲਾਓ। ਇਹ ਨਸ਼ਾ ਪੰਜਾਬ ਦੀ ਜਵਾਨੀ ਨੂੰ ਬਹੁਤ ਜ਼ਰੂਰੀ ਹੈ, ਪਰ ਪੰਜਾਬ ਦੀ ਜਵਾਨੀ ਨੂੰ ਇਸ ਨਸ਼ੇ ਵੱਲ ਕੌਣ ਲਾਵੇਗਾ? ਸਵਾਲ ਇੱਕੋ ਹੈ, ਨਸ਼ੇ ਦੀ ਕਾਟ ਕੋਈ ਨਸ਼ਾ ਹੋ ਸਕਦਾ? ਇਹ ਸਵਾਲ ਬਹੁਤ ਮਹੱਤਵਪੂਰਨ ਹੈਗਾ, ਮੈਡੀਕਲ ਸਾਇੰਸ ਦੇ ਵਿੱਚ ਵੀ ਇਹ ਸਵਾਲ ਉਛਲੇਗਾ ਜ਼ਰੂਰ, ਕਿਉਂਕਿ ਸਵਾਲ ਪੁੱਛੇ ਜਾਣ ਕੇ, ਕਿਉਂਕਿ ਮੀਡੀਆ ਵਾਲਿਆਂ ਨੂੰ ਇਹ ਕਹਿ ਦਿੱਤਾ ਜਾਵੇਗਾ ਕਿ ਤੁਹਾਨੂੰ ਪੂਰਾ ਪਤਾ ਹੀ ਨਹੀਂ, ਤੁਸੀਂ ਪਿੰਡਾਂ 'ਚ ਗਏ ਨਹੀਂ ਗਏ ਕਿ ਤੁਪਕਾ ਤੁਪਕਾ ਕਿਵੇਂ ਆਉਂਦਾ, 3-4 ਜਿਹੜੇ ਚੀਰੇ ਦਿੱਤੇ ਜਾਂਦੇ ਆ ਅਤੇ ਸਵੇਰ ਦੇ ਸੂਰਜ ਤੋਂ ਪਹਿਲਾਂ ਤੱਕ ਕਿਵੇਂ ਇੰਤਜ਼ਾਰ ਕਰਨਾ ਪੈਂਦਾ, ਉਹ ਕਹਿ ਦਿੱਤਾ ਜਾਊਗਾ ਮੀਡੀਆ ਵੱਲੋਂ। ਇਹਨਾਂ ਨੂੰ ਪਤਾ ਨਹੀਂ, ਇਸ ਕਰਕੇ ਇਹਨਾਂ ਨੇ ਬਹਿਸ ਕਰ ਲਈ। ਜਿਨ੍ਹਾਂ ਨੇ ਨਸ਼ੇ ਲਿੱਤੇ ਆ ਅਫੀਮ ਵਰਗੇ ਕੁਦਰਤੀ ਨਸ਼ੇ ਲਿੱਤੇ ਆ, ਉਹਨਾਂ ਨੂੰ ਜ਼ਿਆਦਾ ਪਤਾ ਹੈਗਾ। ਜੇ ਤੁਹਾਨੂੰ ਜ਼ਿਆਦਾ ਪਤਾ ਹੈਗਾ, ਮੈਂ ਇਸ ਮੰਚ ਤੋਂ ਗੱਲ ਕਹਿ ਰਿਹਾ, ਜੇ ਤੁਹਾਨੂੰ ਜ਼ਿਆਦਾ ਪਤਾ ਹੈਗਾ ਤਾਂ ਕਿਰਪਾ ਕਰਕੇ ਉਹ ਪਤਾ ਆਪਦੇ ਕੋਲ ਰੱਖੋ, ਕਿਉਂਕਿ ਪੰਜਾਬ ਦੀ ਜਵਾਨੀ ਨੂੰ ਅਸੀਂ ਨਸ਼ੇ ਵੱਲ ਹੀ ਲਾਉਣਾ, ਨਸ਼ੇ ਤੋਂ ਬਚਾਉਣਾ। ਬਹੁਤ ਧੰਨਵਾਦ।